ਟਾਪ ਪੰਜਾਬੀ ਪੌਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਮੁੱਖ ਮਹਿਮਾਨ ਹਰਮੀਤ ਸਿੰਘ ਡੀਪੀ ਜੀ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਿਹਤਾਂ ਠੀਕ ਨੇ ਸਰ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਸਰ ਜੀ, ਅੱਜ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਪੂਰੀ। ਬਿਲਕੁਲ ਬਿਲਕੁਲ। ਹਾਂਜੀ, ਪਰ ਤੁਸੀਂ ਸਟਾਰਟਿੰਗ ਦੱਸੋ, ਤੁਹਾਡੀ ਡੀਪੀ ਲਾਈਨ ਦੇ ਵਿੱਚ ਕਿਵੇਂ ਸਟਾਰਟਿੰਗ ਹੋਈ ਤੁਹਾਡੀ ਜੀ? ਜੇਕਰ ਸ਼ਰਨ ਸਟਾਰਟਿੰਗ ਦੀ ਗੱਲ ਕਰੀਏ ਹਾਂਜੀ, ਤਾਂ ਮੈਂ ਪਹਿਲਾਂ ਨਾ ਆਪਣੀ ਜਿਹੜੀ 16 ਸਾਲ ਦੀ ਸਰਵਿਸ ਹੈ ਹਾਂਜੀ ਪ੍ਰਾਇਮਰੀ ਡਿਪਾਰਟਮੈਂਟ ਦੇ ਵਿੱਚ ਕੀਤੀ ਹੈ। ਅੱਛਾ, ਪਹਿਲਾਂ ਮੈਂ ਪ੍ਰਾਇਮਰੀ ਡਿਪਾਰਟਮੈਂਟ ਦੇ ਵਿੱਚ ਸੀ ਹਾਂਜੀ, ਤੇ ਸੀਨੀਅਰ ਪ੍ਰਾਇਮਰੀ ਸਕੂਲ ਤੋਲੇਵਾਲ ਦੇ ਵਿੱਚ। ਅੱਛਾ ਜੀ। ਤੇ ਉੱਥੇ ਸ਼ਰਨ ਮੈਨੂੰ ਸ਼ੁਰੂ ਤੋਂ ਹੀ ਨਾ ਖੇਡਾਂ ਦਾ ਬੜਾ ਸ਼ੌਂਕ ਸੀ। ਹਾਂਜੀ। ਤੇ ਬੱਚਿਆਂ ਨੂੰ ਬਹੁਤ ਮਤਲਬ ਬਹੁਤ ਬੜਾ ਛੋਟਾ ਜਿਹਾ ਸਕੂਲ ਸੀ। ਅੱਛਾ ਜੀ। ਗਰਾਊਂਡ ਹੈ ਨਹੀਂ ਸੀ, ਹੈ ਨਾ? ਹਾਂਜੀ ਹਾਂਜੀ। ਤੇ ਕੀ ਕਰਨਾ, ਹਾਂਜੀ, ਆਪਣੀ ਗੱਡੀ ਚੱਕਣੀ, ਨੇੜੇ ਦੇ ਪਿੰਡਾਂ 'ਚ ਬੱਚੇ ਇਕੱਠੇ ਕਰਨੇ, ਬੱਚਿਆਂ ਨੂੰ ਲੈ ਕੇ ਆਉਣਾ ਆਪਣੇ ਸਾਡੇ ਪਿੰਡ ਦੇ ਨਾ ਗੁਰਦੁਆਰਾ ਸਾਹਿਬ ਥੋੜੀ ਜਗ੍ਹਾ ਸੀ। ਹਾਂਜੀ। ਤੇ ਉੱਥੇ ਬੱਚਿਆਂ ਨੂੰ ਲੈ ਕੇ ਆਉਣਾ, ਫਿਰ ਉੱਥੇ ਬੱਚਿਆਂ ਨੂੰ ਮੈਂ ਕਬੱਡੀ ਗੇਮ ਖੜਾਇਆ ਕਰਦਾ ਸੀ। ਅੱਛਾ ਜੀ। ਤੇ ਉਹਨਾਂ ਨੂੰ ਇਕੱਠੇ ਕਰਕੇ ਖਿਡਾਉਣਾ, ਫਿਰ ਵਾਪਸ ਛੱਡ ਕੇ ਆਉਣਾ ਪਿੰਡਾਂ ਦੇ ਵਿੱਚ। ਤੇ ਤੁਸੀਂ ਯਕੀਨ ਮੰਨਿਓ ਸ਼ਰਨ, ਮੇਰੇ ਬੱਚੇ ਨਾ ਪ੍ਰਾਇਮਰੀ 'ਚ ਸਟੇਟ ਲੈਵਲ ਤੱਕ ਚੰਗੀਆਂ ਪ੍ਰਾਪਤੀਆਂ ਕਰਕੇ ਆਏ ਨੇ। ਹਾਂਜੀ। ਤੇ ਫੁੱਟਬਾਲ ਦੇ ਵਿੱਚ, ਫੁੱਟਬਾਲ ਦੀ ਤਿਆਰੀ ਵੀ ਉਸ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਵਿੱਚ ਲਈ ਜਾਂਦੇ ਸੀ, ਉੱਥੇ ਕਰਵਾਇਆ ਕਰਦੇ ਸੀ। ਤੇ ਫੁੱਟਬਾਲ 'ਚ ਬੱਚਿਆਂ ਦੀ ਚੰਗੀਆਂ ਮੱਲਾਂ ਮਾਰੀਆਂ ਨੇ। ਹਾਂਜੀ। ਤੇ ਉੱਥੋਂ ਫਿਰ ਕਿਤੇ ਨਾ ਕਿਤੇ ਮਨ 'ਚ ਹੁੰਦਾ ਸੀ ਯਾਰ ਵੀ ਇੰਨੇ ਦੂਰੋਂ ਦੂਰੋਂ ਬੱਚਿਆਂ ਨੂੰ ਇਕੱਠੇ ਕਰਕੇ ਲੈ ਕੇ ਆ ਰਹੇ ਹਾਂ, ਜੇਕਰ ਇੱਕ ਜਗ੍ਹਾ ਤੇ ਬੱਚੇ ਮਿਲ ਜਾਣ ਤਾਂ ਕਿੰਨਾ ਵਧੀਆ ਹੋਵੇ ਨਾ। ਹਾਂਜੀ। ਤੇ ਚਲੋ ਪਰਮਾਤਮਾ ਨੇ ਸੁਣੀ ਹੈ ਨਾ, ਬੀਪੀਐਡ ਕੀਤੀ ਤੇ ਬੀਪੀਐਡ ਤੋਂ ਬਾਅਦ ਨਾਲ ਦੀ ਨਾਲ ਪ੍ਰਮੋਸ਼ਨ ਹੋਈ 2019 ਦੇ ਵਿੱਚ। ਹਾਂਜੀ। ਸੋ ਇੱਥੇ ਪਹੁੰਚਿਆ ਇਸ ਸਕੂਲ ਦੇ ਵਿੱਚ। ਹਾਂਜੀ। ਸੋ ਬੜੀ ਭਾਗਾਂ ਵਾਲੀ ਧਰਤੀ ਹੈ ਮੈਂ ਕਹੂੰਗਾ ਕਿ ਇੱਥੇ ਮੈਨੂੰ ਬੱਚੇ ਵੀ ਮਿਲੇ, ਬੜੇ ਪਿਆਰੇ ਬੱਚੇ ਮਿਲੇ, ਹੈਨਾ? ਹਾਂਜੀ। ਤੇ ਫਿਰ ਇੱਥੋਂ ਜਿਹੜਾ ਆਪਣਾ ਖੇਡ ਦੀ ਜਿਹੜੀ ਮਿਹਨਤ ਸ਼ੁਰੂ ਕਰ ਲਈ ਵਾ ਇੱਥੋਂ, ਤੇ ਫਿਰ ਬਸ ਚੱਲ ਪਿਆ ਕੰਮ ਇੱਥੋਂ, ਬਸ ਤੁਹਾਡੇ ਸਾਹਮਣੇ ਹੀ ਹੈ। ਜਦ ਸਰ ਜੀ ਅਸੀਂ ਪੜ੍ਹਦੇ ਹੁੰਦੇ ਸੀ, ਮਤਲਬ ਵੀ ਸਾਨੂੰ ਟੀਚਰ ਕਹਿੰਦੇ ਹੁੰਦੇ ਤੇ ਵੀ ਤੁਸੀਂ ਗਰਾਊਂਡ 'ਚ ਖੇਡਣਾ ਜਾਇਆ ਕਰੋ, ਤੁਹਾਡੀ ਪੜ੍ਹਾਈ ਖਰਾਬ ਹੋ ਜੂ, ਇੱਦਾਂ ਹੋ ਜੂ, ਤੁਸੀਂ ਕੀ ਬਣਨਾ? ਬਿਲਕੁਲ, ਤੁਹਾਡੇ ਬੱਚੇ ਨਾਲ ਦਿੱਕਤ ਆਉਂਦੀ ਜਾਂ ਤੁਹਾਨੂੰ ਕੋਈ ਦੱਸ ਦਿੰਦੇ ਇੱਦਾਂ ਦਾ ਕੁਛ? ਸਰ ਨੇ ਨਾ ਆਮ ਹੀ ਧਾਰਨਾ ਬਣੀ ਹੋਈ ਹੈ, ਕਹਿੰਦੇ ਨੇ ਯਾਰ ਵੀ ਜੇ ਬੱਚਾ ਖੇਡਾਂ ਵੱਲ ਹੋ ਗਿਆ ਨਾ ਤੇ ਵੀ ਉਹ ਪੜ੍ਹਾਈ ਵੱਲ ਨਹੀਂ ਜਾ ਸਕਦਾ। ਇਹਨਾਂ ਸ਼ਰਨ ਅਸਲ 'ਚ ਲੋਕਾਂ ਦੀ ਮੈਂਟੈਲਿਟੀ ਚੇਂਜ ਕਰਨ ਦੀ ਲੋੜ ਹੈ। ਜਿਹੜਾ ਬੱਚਾ ਖੇਡਾਂ ਵੱਲ ਜਾਊਗਾ ਨਾ, ਉਹਦਾ ਮਾਨਸਿਕ ਵਿਕਾਸ ਹੈ ਜਿਹੜਾ ਉਹ ਨਾਲ ਨਾਲ ਹੁੰਦਾ ਹੈ। ਸੋ ਖੇਡਾਂ ਤਾਂ ਇੰਨੀ ਕੁ ਜ਼ਿਆਦਾ ਜ਼ਰੂਰੀ ਨੇ, ਮੈਂ ਕਹਿੰਦਾ ਕਿ ਬੱਚੇ ਨਾ ਕਿਸੇ ਪ੍ਰੋਪਰ ਗੇਮ ਦੇ ਵਿੱਚ ਨਹੀਂ ਵੀ ਪੈਣਾ ਤਾਂ ਉਹਨੂੰ ਰੋਜ਼ ਇੱਕ ਘੰਟਾ ਗਰਾਊਂਡ ਦੇ ਵਿੱਚ ਜ਼ਰੂਰ ਲਗਾਉਣਾ ਚਾਹੀਦਾ, ਬੱਚਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਲਗਾਉਣਾ ਚਾਹੀਦਾ ਆਪਾਂ ਨੂੰ, ਕਿਉਂਕਿ ਜੇ ਬੱਚਾ ਗਰਾਊਂਡ 'ਚ ਜਾ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਬੜਾ ਵੱਡਾ ਵਾਲਾ ਐਪ ਲੱਗਿਆ ਹੋਇਆ ਮੋਬਾਈਲਾਂ ਦਾ ਵੀ ਮੋਬਾਈਲਾਂ ਦੇ ਬੱਚੇ ਦੂਰ ਰਹਿ ਜਾਣਗੇ। ਜੇਕਰ ਬੱਚੇ ਮੋਬਾਈਲਾਂ ਤੋਂ ਦੂਰ ਰਹਿ ਗਏ ਤਾਂ ਉਹ ਖੇਡ ਨਾਲ ਜੁੜਦੇ ਨੇ, ਖੇਡ ਨਾਲ ਜੁੜ ਗਏ ਫਿਰ ਉਹਨਾਂ ਦਾ ਹੌਲੀ ਹੌਲੀ ਆਪਣੇ ਆਪ ਇੰਟਰਸਟ ਕ੍ਰੀਏਟ ਹੁੰਦਾ ਵੀ ਯਾਰ ਅਸੀਂ ਖੇਡਣ ਤਾਂ ਰੋਜ਼ ਆਉਂਦੇ ਆ, ਕਿਉਂ ਨਾ ਅਸੀਂ ਕੁਛ ਵੱਡੇ ਲੈਵਲ ਤੇ ਕਰੀਏ, ਹੈ ਨਾ? ਫਿਰ ਉੱਥੇ ਕੋਚ ਦਾ ਕੰਮ ਸ਼ੁਰੂ ਹੁੰਦਾ। ਹਾਂਜੀ। ਜੇਕਰ ਕੋਚ ਬਿਲਕੁਲ ਨਾ ਨਿਰਾਪੁਰਾ ਉਹਨੂੰ ਕਹੇ ਵੀ ਜਦੋਂ ਖੇਡਾਂ ਵੱਲ ਹੀ ਆ ਜਾਓ, ਬਸ ਆਪਾਂ ਹੋਰ ਪੜ੍ਹਾਈ ਦਾ ਮੈਂ ਆਪੀ ਦੇਖ ਲੂੰਗਾ, ਉੱਥੇ ਨੁਕਸਾਨ ਹੈ। ਉੱਥੇ ਕੋਚ ਦਾ ਫਰਜ਼ ਬਣਦਾ ਕਿ ਕਹੇ ਜਾ ਕੇ ਬੱਚਿਆਂ ਨੂੰ ਕਿ ਤੁਸੀਂ ਬੇਟਾ ਤੁਹਾਡੇ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ, ਜੇਕਰ ਪੜ੍ਹਾਈ ਕਰੋਗੇ ਤਾਂ ਖੇਡਾਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ ਨੇ, ਤਾਂ ਤੁਹਾਨੂੰ ਖੇਡਾਂ ਉੱਪਰ ਤੱਕ ਲਿਜਾ ਸਕਦੀਆਂ ਨੇ। ਤੁਸੀਂ ਸ਼ਰਨ ਯਕੀਨ ਮੰਨਿਓ, ਕੱਲ ਨੂੰ ਵੀ ਨਾ ਸਾਡੇ ਸਕੂਲ 'ਚ ਪਟਿਆਲੇ ਤੋਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਆ ਰਹੇ ਨੇ। ਅੱਛਾ ਜੀ। ਤੇ ਜਿਹੜੀ ਮੇਰੀ ਗੁੱਡੀਆਂ ਫਸਟ ਆਈਆਂ ਨੇ, ਹਾਂਜੀ, 8th ਕਲਾਸ ਦੇ ਵਿੱਚ, 7th ਕਲਾਸ ਦੇ ਵਿੱਚ, ਉਹ ਸਪੋਰਟਸ ਦੀਆਂ ਮੇਰੀਆਂ ਸਟੇਟ ਤੇ ਨੈਸ਼ਨਲ ਪਲੇਅਰ ਨੇ, ਹਾਂਜੀ, ਉਹ ਪੜ੍ਹਾਈ 'ਚ ਫਸਟ ਆ ਰਹੀਆਂ ਨੇ, ਹਾਂਜੀ, ਕਿਉਂਕਿ ਉਹਨਾਂ ਨੂੰ ਗਾਈਡੈਂਸ ਇਸ ਤਰ੍ਹਾਂ ਹੀ ਦਿੰਦੇ ਆ। ਹਾਂਜੀ। ਮੈਂ ਖੁਦ ਨਾ ਪੜ੍ਹਾਈ ਨਾਲ ਬੇਸਿਕਲੀ ਬਹੁਤ ਜੁੜਿਆ ਹੋਇਆ। ਅੱਛਾ। ਮੇਰਾ ਪਹਿਲਾਂ ਫੀਲਡ ਜਾ ਪੜ੍ਹਾਈ ਨਾਲ ਹੀ, ਲੰਬਾ ਟਾਈਮ ਮੈਂ ਪੜ੍ਹਾਈ ਨਾਲ ਜੁੜਿਆ ਰਿਹਾ, ਹੁਣ ਵੀ ਜੇਕਰ ਤੂੰ ਗੱਲ ਕਰੇ ਸ਼ਰਨ, ਹਾਂਜੀ, ਲਗਭਗ ਮੈਨੂੰ 17 ਸਾਲ ਹੋ ਗਏ ਨਾ ਸਰਵਿਸ 'ਚ ਆਏ ਨੂੰ। ਅੱਛਾ ਜੀ। ਤੇ ਅੱਜ ਵੀ ਮੈਂ ਪੜ੍ਹਾਈ ਨਹੀਂ ਛੱਡੀ। ਠੀਕ। ਮੈਂ ਨਾ ਆਪਣਾ ਪੜ੍ਹਾਈ ਦਾ ਸਫ਼ਰ ਸਟਾਰਟ ਕੀਤਾ ਸੀ ਬੀਕੌਮ ਤੋਂ। ਹਾਂਜੀ। ਪਹਿਲਾਂ ਬੀਕੌਮ ਕੀਤੀ, ਉਸ ਤੋਂ ਉਪਰੰਤ ਮੈਂ ਐਮਏ ਇੰਗਲਿਸ਼ ਕੀਤੀ, ਫਿਰ ਮੈਂ ਨਾਲ ਹੀ ਈਡੀਟੀ ਕਰ ਲਈ ਸੀ, ਤੇ ਈਡੀਟੀ ਤੋਂ ਬਾਅਦ ਜੌਬ 'ਚ ਆਇਆ, ਜੌਬ ਤੋਂ ਆਉਣ ਤੋਂ ਬਾਅਦ ਮੈਂ ਦੁਬਾਰਾ ਬੀਏ ਕੀਤੀ ਹੈ, ਬੀਐਡ ਕੀਤੀ, ਐਡੀਸ਼ਨਲ ਐਗਜ਼ਾਮ ਕੀਤੇ, ਬੀਪੀਐਡ ਕੀਤੀ, ਐਮਪੀਐਡ ਕੀਤੀ, ਐਮਕੌਮ ਕਰ ਰਿਹਾ ਮੈਂ ਹੁਣ ਇਸ ਟਾਈਮ। ਅੱਛਾ। ਮੈਂ ਕਹਿੰਦਾ ਮੈਂ ਪੜ੍ਹਾਈ ਛੱਡੀ ਨਹੀਂ, ਕਿਉਂਕਿ ਮੇਰਾ ਮੈਨੂੰ ਪਤਾ ਕਿ ਇਨਸਾਨ ਨੇ ਜੇਕਰ ਆਪਣੀ ਤਰੱਕੀ ਕਰਨੀ ਹੈ ਤੇ ਉਹ ਪਹਿਲਾਂ ਪੜ੍ਹੇ ਫਿਰ ਦੂਜਿਆਂ ਨੂੰ ਪੜ੍ਹਾਵੇ, ਜਾਂ ਦੂਜਿਆਂ ਨੂੰ ਸਿਖਾਉਣਾ ਚਾਹੁੰਦੇ ਕੁਛ ਨਵਾਂ ਪਹਿਲਾਂ ਆਪ ਸਿੱਖਣਾ ਹੋਣਾ, ਤੇ ਉਹ ਸਰਕਲ ਫਿਰ ਆਪਾਂ ਜਾਰੀ ਰੱਖਿਆ ਤੇ ਉਹ ਵੀ ਹੁਣ ਬੱਚਿਆਂ ਨੂੰ ਸਿਖਾ ਰਹੇ ਹਾਂ। ਬੱਚਿਆਂ ਨੂੰ ਵਾਰ ਵਾਰ ਇਹ ਗਾਈਡ ਕਰੀਦਾ ਕਿ ਹਾਂ ਜੇਕਰ ਖੇਡਾਂ 'ਚ ਕਾਮਯਾਬ ਹੋਣਾ ਤਾਂ ਪੜ੍ਹਾਈ ਨਾਲ, ਤੁਹਾਨੂੰ ਖੇਡਾਂ ਹੈਲਪਫੁਲ ਹੋਣਗੀਆਂ, ਤੁਹਾਡਾ ਜਿਹੜਾ ਦਿਮਾਗੀ ਸਤਰ ਹੈ ਨਾ, ਕਿਉਂਕਿ ਖੇਡਾਂ 'ਚ ਦੇਖੋ ਹਾਰ ਵੀ ਹੁੰਦੀ ਹੈ ਜਿੱਤ ਵੀ ਹੁੰਦੀ ਹੈ, ਠੀਕ ਹੈ, ਬੱਚਾ ਭਾਵੁਕ ਵੀ ਹੋ ਜਾਂਦਾ, ਜਿੱਤਣ ਤੋਂ ਬਾਅਦ ਬੱਚਾ ਬਹੁਤ ਖੁਸ਼ੀ 'ਚ ਵੀ ਆ ਜਾਂਦਾ, ਉਹਦੀ ਹਰ ਤਰ੍ਹਾਂ ਦੀ ਭਾਵਨਾਤਮਕ ਜਿਹੜਾ ਵਿਕਾਸ ਬੱਚੇ ਦਾ ਹੁੰਦਾ, ਹਰ ਤਰ੍ਹਾਂ ਦੀ ਭਾਵਨਾ ਦਾ ਵਿਕਾਸ ਹੋ ਗਿਆ, ਬੱਚੇ ਦੀ ਸਹਿਣ ਸ਼ਕਤੀ ਵੱਧ ਗਈ, ਬੱਚੇ ਦੀ
ਉਹਦੀ ਕਨਸੈਂਟਰੇਸ਼ਨ ਬਹੁਤ ਵੱਧਦੀ ਹੈ। ਜੇ 10 ਮਿੰਟ ਲਈ ਵੀ ਬੈਠ ਗਿਆ ਤਾਂ ਹੋ ਸਕਦਾ ਕਿ ਆਮ ਬੱਚਾ ਉਹ 1 ਘੰਟੇ ਸਿਲੇਬਸ ਨਾ ਪੜ ਪਾਵੇ, ਜਿਹੜਾ ਬੱਚਾ ਸਪੋਰਟਸ ਵਾਲਾ ਉਹ 10 ਮਿੰਟ 'ਚ ਜਿਹੜਾ ਉਹ ਸਿਲੇਬਸ ਕਰ ਲਊਗਾ। ਹਾਂਜੀ। ਤੇ ਦੂਸਰਾ ਡਿਸੀਜਨ ਮੇਕਿੰਗ ਪਾਵਰ ਆ ਜਿਹੜੀ, ਫੈਸਲਾ ਲੈਣਾ। ਹਾਂਜੀ। ਤੁਸੀਂ ਅਕਸਰ ਦੇਖੋਗੇ ਸਪੋਰਟਸ ਵਾਲੇ ਆਪਾਂ ਕਹਿੰਦੇ ਯਾਰ ਬੜੇ ਦਲੇਰ ਨੇ, ਇਹ ਨਾ ਕੋਈ ਕੰਮ ਕੋਈ ਫੈਸਲਾ ਲੈਣਾ ਮਿੰਟ 'ਚ ਫੈਸਲਾ ਲੈ ਜਾਂਦੇ ਨੇ, ਕਿਉਂਕਿ ਨਾ ਜਦੋਂ ਸਪੋਰਟਸ ਦੇ ਵਿੱਚ ਬੱਚਾ ਪੈਂਦਾ ਖੇਡਾਂ ਦੌਰਾਨ, ਹਾਂਜੀ, ਇਹ ਤਾਂ ਮਿੰਟ ਤਾਂ ਬਹੁਤ ਵੱਡੀ ਗੱਲ ਹੋ ਗਈ। ਹਾਂਜੀ। ਕੁਝ ਸੈਕਿੰਡਾਂ ਦੇ ਵਿੱਚ ਫੈਸਲਾ ਲੈਣਾ ਹੁੰਦਾ ਕਿ ਮੈਂ ਸਾਹਮਣੇ ਵਾਲਾ ਪਲੇਅਰ ਆ ਰਿਹਾ, ਉਹ ਅਟੈਕ ਕਰ ਰਿਹਾ ਤਾਂ ਕਿਵੇਂ ਬਚਣਾ ਮੈਂ, ਜਾਂ ਮੈਂ ਸਾਹਮਣੇ ਪਲੇਅਰ ਤੇ ਅਟੈਕ ਕਿਵੇਂ ਕਰਨਾ, ਉਹ ਕੁਝ ਸੈਕਿੰਡਾਂ ਦੇ ਵਿੱਚ ਫੈਸਲਾ ਲੈ ਲੈਣਾ ਹੁੰਦਾ ਹਨਾ, ਤੇ ਉਹ ਫਿਰ ਇੱਕ ਚੰਗਾ ਸਪੋਰਟਸਮੈਨ ਹੀ ਲੈ ਸਕਦਾ। ਜਦੋਂ ਇੰਨੀ ਕਨਸੈਂਟਰੇਸ਼ਨ ਦੇ ਨਾਲ ਉਹ ਖੇਡ 'ਚ ਖੇਡ ਸਕਦਾ ਤਾਂ ਫਿਰ ਉਹ ਪੜ੍ਹਾਈ 'ਚ ਕਿਉਂ ਨੀ, ਤਾਂ ਉਹ ਪੜ੍ਹਾਈ 'ਚ ਵੱਡੀਆਂ ਮੱਲਾਂ ਜਿਹੜੇ ਸਪੋਰਟਸ ਵਾਲੇ ਮਾਰ ਜਾਂਦੇ ਨੇ। ਤੇ ਮੈਂ ਕਹਿੰਦਾ ਅੱਜ ਕੱਲ੍ਹ ਤਾਂ ਜੇ ਆਪਣੇ ਜੇ ਆਪਾਂ ਦੇਖੀਏ IAS PCS ਦੇ ਤੁਸੀਂ ਚੈੱਕ ਕਰੋਗੇ ਤਾਂ ਉਹ ਸਪੋਰਟਸ ਕੈਟਾਗਰੀ ਦੇ ਵਿੱਚ ਜੋ ਅੱਗੇ ਜਾ ਰਹੇ ਨੇ ਬੱਚੇ ਨਾ, ਤੇ ਬੜਾ ਵਧੀਆ ਸਪੋਰਟਸ ਜੇਕਰ ਬੱਚਾ ਕਰੇ ਤਾਂ। ਤੁਹਾਡੇ ਤਵੇ ਪਹੁੰਚਣ ਦਾ ਸਾਡਾ ਇਹੀ ਮੇਨ ਮਕਸਦ ਸੀ, ਅਸੀਂ ਤੁਹਾਡੇ ਬਾਰੇ ਸੁਣਿਆ, ਅਸੀਂ ਤੁਹਾਡੇ ਬਾਰੇ ਦੇਖਿਆ, ਜਿੱਦਾਂ ਤੁਸੀਂ ਸਕੂਲ ਟਾਈਮ ਤੋਂ ਬਾਅਦ ਵੀ ਆ ਕੇ ਹਨਾ ਜਵਾਕਾਂ ਨੂੰ ਗਰਾਊਂਡ 'ਚ ਖੜਾ ਰਹੇ ਹੋ, ਵੀ ਮੈਂ ਵੀ ਇਸ ਸਕੂਲ 'ਚ ਪੜ੍ਹ ਕੇ ਗਿਆ ਹੋਇਆ ਜੀ, ਪਰ ਮੈਂ ਇੱਦਾਂ ਦਾ ਕੋਈ DP ਦੇਖਿਆ ਨਹੀਂ ਸੀ ਜਿੱਦਾਂ ਤੁਸੀਂ ਹੋ, ਚੰਗੇ ਇਨਸਾਨ ਹੋ, ਮੇਨ ਸਾਡਾ ਮਕਸਦ ਇਹੀ ਸੀ ਤੁਹਾਨੂੰ ਮਿਲਣ ਦਾ। ਇਹ ਨਾ ਸ਼ਰਨ ਪਰਮਾਤਮਾ ਨੇ ਆਪਾਂ ਨੂੰ ਨਾ ਨੌਕਰੀ ਬਖਸ਼ੀ ਹੈ। ਹਾਂਜੀ। ਤੇ ਅਕਸਰ ਆਪਾਂ ਕਹਿ ਦਿੰਦੇ ਹਾਂ, ਵੈਸੇ ਮੁਲਾਜ਼ਮ ਸਾਰੇ ਕਹਿ ਦਿੰਦੇ ਨੇ ਕਿ ਮੈਂ ਸੇਵਾ ਨਿਭਾ ਰਿਹਾ। ਹਾਂਜੀ। ਸੇਵਾ ਤਾਂ ਦੇਖੋ ਜੇਕਰ ਸਕੂਲ ਟਾਈਮ ਚ ਕਰ ਰਹੇ ਹਾਂ, ਹਾਂਜੀ, ਉਹ ਤਾਂ ਸਰਕਾਰ ਸਾਨੂੰ ਪੇ ਕਰ ਰਹੀ ਹੈ, ਉਹਦਾ ਨੌਕਰੀ ਮਿਲ ਰਹੀ ਹੈ, ਨੌਕਰੀ ਮਿਲ ਰਹੀ ਹੈ, ਉਹ ਸੇਵਾ ਨਹੀਂ ਹੈਗੀ। ਹਾਂਜੀ। ਜੇਕਰ ਸੇਵਾ ਸ਼ਬਦ ਆਪਾਂ ਵਰਤਣਾ ਨਾ, ਹਾਂਜੀ, ਉਹ ਤਾਂ ਫਿਰ ਸਕੂਲ ਟਾਈਮ ਤੋਂ ਬਾਅਦ ਚ ਜੇਕਰ ਆਪਾਂ ਮਿਹਨਤ ਕਰਦੇ ਹਾਂ ਫਿਰ ਉੱਥੇ ਕਹਿ ਸਕਦੇ ਹਾਂ ਕਿ ਅਸੀਂ ਸੇਵਾ ਕਰ ਰਹੇ ਹਾਂ। ਜੇਕਰ ਸਕੂਲ ਟਾਈਮ ਚ ਕਰ ਰਹੇ ਹਾਂ ਫਿਰ ਉਹ ਸੇਵਾ ਨਹੀਂ ਕਰ ਰਹੇ, ਫਿਰ ਉਹ ਤਾਂ ਆਪਾਂ ਨੌਕਰੀ ਕਰ ਰਹੇ ਹਾਂ, ਸਰਕਾਰ ਦੀ ਪੈਸਾ ਮਿਲ ਰਿਹਾ ਉਹਦੇ ਲਈ ਕੰਮ ਕਰ ਰਹੇ ਹਾਂ ਨਾ। ਸੋ ਅੰਦਰ ਇੱਕ ਜਨੂਨ ਵੀ ਹੋਣਾ ਚਾਹੀਦਾ। ਹਾਂਜੀ। ਠੀਕ ਹੈ। ਮੇਰੇ ਅੰਦਰ ਨਾ ਇੱਕ ਬੜਾ ਜਨੂਨ ਹੈ ਕਿ ਕੁਛ ਯਾਰ ਵੱਖਰਾ ਕਰਨਾ ਹੈ, ਕੁਛ ਵੱਖਰਾ ਕਰਨਾ ਹੈ ਨਾ, ਤੇ ਉਹ ਵੱਖਰਾ ਜਿਹੜਾ ਉਹ ਸਕੂਲ ਟਾਈਮ 'ਚ ਤਾਂ ਨਹੀਂ ਹੋ ਪਾਉਣਾ, ਕਿਉਂਕਿ ਸਕੂਲ ਟਾਈਮ 'ਚ ਸਾਨੂੰ ਉਹ 35-40 ਮਿੰਟ ਦਾ ਪੀਰੀਅਡ ਮਿਲਦਾ ਹੈ, ਉਹ 40 ਮਿੰਟ ਦੇ ਪੀਰੀਅਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਣੇ ਸਕੂਲ ਦਾ ਗਰਾਊਂਡ ਵੀ ਜਿਹੜਾ ਬਾਹਰ ਹੈ, 10 ਮਿੰਟ ਜਾਣ ਨੂੰ ਵੀ ਲੱਗਦੇ, 10 ਮਿੰਟ ਆਉਣ ਨੂੰ ਵੀ ਲੱਗਦੇ, ਹਰ ਇੱਕ ਪਾਰ ਵੀ ਕਰਨੀ ਹੈ ਨਾ ਬੱਚਿਆਂ ਨੇ, ਉਹ ਪਿੱਛੇ 20 ਮਿੰਟ ਬਚ ਗਏ। ਹੁਣ 20 ਮਿੰਟ ਦੇ ਵਿੱਚ ਜੇਕਰ ਅਸੀਂ ਕਹੀਏ ਕਿ ਸਟੇਟ ਤੇ ਨੈਸ਼ਨਲ ਪਲੇਅਰ ਤਿਆਰ ਕਰ ਦਾਂਗੇ, ਸ਼ਰਨ ਮੁਸ਼ਕਲ ਹੈ ਨਾ, ਉਹ ਤਾਂ ਹੋ ਨਹੀਂ ਸਕਦਾ। ਸਰਕਾਰ ਤਾਂ ਇਹ ਆਉਂਦੇ ਵੀ ਆ 35 ਮਿੰਟਾਂ ਦੇ ਵਿੱਚ ਹੋ ਜੇ, ਨਹੀਂ ਹੁੰਦਾ ਜੀ। ਕਿਤੇ ਨਾ ਕਿਤੇ ਗੱਲ ਪਤਾ ਕੀ ਹੈ, ਉਹਨਾਂ ਕੋਲ ਸਰਕਾਰਾਂ ਕੋਲ ਵੀ ਗੱਲਾਂ ਆਪਾਂ ਹੀ ਪਹੁੰਚਾਉਣੀਆਂ ਨੇ। ਸੋ ਚਾਹੀਦਾ ਤਾਂ ਐਕਚੁਅਲੀ ਇਹ ਹੈ ਜੋ ਸਰੀਰਕ ਸਿੱਖਿਆ ਅਧਿਆਪਕ ਹੈ ਉਹ ਤਾਂ ਸਕੂਲ ਟਾਈਮ ਤੋਂ ਬਾਅਦ ਹੀ ਚਾਹੀਦਾ ਮੇਰੇ ਅਕੋਰਡਿੰਗ, ਕਿਉਂਕਿ ਸਕੂਲ ਟਾਈਮ 'ਚ ਇੰਨਾ ਕੰਮ ਨਹੀਂ ਹੈਗਾ ਇੱਕ ਫਿਜ਼ੀਕਲ ਟੀਚਰ ਦਾ ਜੋ ਸਕੂਲ ਟਾਈਮ ਤੋਂ ਬਾਅਦ ਹੈ, ਕਿਉਂਕਿ ਜੇ ਚੰਗੇ ਖਿਡਾਰੀ ਪੈਦਾ ਕਰਨੇ ਨੇ ਨਾ ਤਾਂ ਫਿਰ ਬੱਚਿਆਂ ਨੂੰ ਪ੍ਰੋਪਰ ਡਾਇਟ ਵੀ ਮਿਲੇ, ਬੱਚਿਆਂ ਨੂੰ ਪ੍ਰੋਪਰ ਕਿਟਸ ਮਿਲਣ, ਬੱਚਿਆਂ ਨੂੰ ਪ੍ਰੋਪਰ ਗਰਾਊਂਡ ਮਿਲੇ, ਬੱਚਿਆਂ ਨੂੰ ਪ੍ਰੋਪਰ ਕੋਚ ਮਿਲਣ, ਤਾਂ ਆਪਾਂ ਚੰਗੇ ਖਿਡਾਰੀ ਪੈਦਾ ਕਰ ਸਕਦੇ ਹਾਂ। ਜੇਕਰ ਆਪਾਂ ਬਸ ਗੱਲਾਂ ਬਾਤਾਂ ਨਾਲ ਚਾਹੁੰਦੇ ਹਾਂ ਤਾਂ ਫਿਰ ਉਹ ਠੀਕ ਹੈ ਕਿ ਮਾਪਿਆਂ ਨੂੰ ਦਿਖਾ ਸਕਦੇ ਹਾਂ ਕਿ ਹਾਂ ਬੜੇ ਫਿਜ਼ੀਕਲ ਟੀਚਰ ਬੜੇ ਮਿਹਨਤ ਕਰ ਰਹੇ ਨੇ, ਸਕੂਲ ਟਾਈਮ 'ਚ ਅਸੀਂ ਗਰਾਊਂਡ 'ਚ ਲੈ ਜਾਂਦੇ ਹਾਂ ਨਾ, ਵੀ ਬਹੁਤ ਵਧੀਆ ਹੋ ਰਿਹਾ, ਉਹ ਚੀਜ਼ ਤਾਂ ਹੋ ਸਕਦੀ ਹੈ, ਪਰ ਜੇ ਅਸਲ 'ਚ ਜੇ ਰਿਜ਼ਲਟ ਚਾਹੁੰਦੇ ਹਾਂ ਆਪਾਂ ਤਾਂ ਫਿਰ ਉਹ ਸਕੂਲ ਟਾਈਮ ਤੋਂ ਬਾਅਦ ਹੀ ਮਿਹਨਤ ਕੀਤੀ ਜਾ ਸਕਦੀ ਹੈ ਨਾ ਸ਼ਰਨ। ਹਾਂਜੀ। ਜਿਵੇਂ ਆਪਾਂ ਦੇਖਦੇ ਹਾਂ ਜੀ ਅੱਜ ਕੱਲ੍ਹ ਦੇ ਜਵਾਕਾਂ ਦੇ ਵਿੱਚ ਜ਼ਿਆਦਾ ਜੀ ਕ੍ਰਿਕਟ ਦਾ ਕਰੇਜ਼ ਆ, ਸਕੂਲ ਦੇ ਵਿੱਚ ਤੁਸੀਂ ਕਿਹੜੀਆਂ ਖੇਡਾਂ ਤੇ ਜ਼ਿਆਦਾ ਜ਼ੋਰ ਦਿੰਦੇ ਹੋ ਜੀ? ਕ੍ਰਿਕਟ ਬੜੀ ਵਧੀਆ ਗੇਮ ਹੈ, ਕਿਉਂਕਿ ਜੇਕਰ ਇਨਕਮ ਸੋਰਸ ਪੱਖੋਂ ਵੀ ਦੇਖੀਏ ਤੇ ਆਮ ਬੱਚਿਆਂ ਦੇ ਕ੍ਰੇਜ਼ ਦਾ ਕਾਰਨ ਵੀ ਇਹ ਹੈ, ਪਤਾ ਲੱਗਦਾ ਵੀ ਸੱਚ ਇਹਨਾਂ ਨਾ ਜਾਂ ਹੋਰ ਵੱਡੇ ਵੱਡੇ ਸਹਿਬਾਗ ਪੁਰਾਣੇ ਪਲੇਅਰ ਹੋਏ ਨੇ ਤੇ ਹੁਣ ਧੋਨੀ ਹੋਣੀ ਹੋਏ ਨੇ, ਤੇ ਇਹਨਾਂ ਨੂੰ ਮਤਲਬ ਕਰੋੜਾਂ 'ਚ ਇਨਕਮ ਹੈ ਇਹਨਾਂ ਨੂੰ ਨਾ, ਤੇ ਕਿਉਂਕਿ ਬੱਚਿਆਂ ਦੇ ਨਾ ਅੱਜ ਕੱਲ੍ਹ ਜਾਂ ਤਾਂ ਸਿੰਗਰ ਰੋਲ ਮਾਡਲ ਰਹਿ ਗਏ ਜਾਂ ਫਿਰ ਇਹ ਪਲੇਅਰ ਵੱਡੇ ਲੈਵਲ ਦੇ ਕ੍ਰਿਕਟ ਪਲੇਅਰ ਕਹਿ ਸਕਦੇ ਹਾਂ, ਇਹਨਾਂ ਦੇ ਰੋਲ ਮਾਡਲ ਬਣੇ ਹੋਏ ਨੇ, ਪਰ ਜੇਕਰ ਨਾ ਉਹਦੀ ਅਸਲ 'ਚ ਮਿਹਨਤ ਚੈੱਕ ਕਰੋ ਕਿ ਉਹਨਾਂ ਨੇ ਕਿਸ ਦਰਜੇ ਦੀ ਮਿਹਨਤ ਕੀਤੀ ਹੋਈ ਹੈ, ਬੱਚੇ ਉਹ ਕਰਨ ਨੂੰ ਤਿਆਰ ਨੇ। ਬੜਾ ਆਸਾਨ ਜਿਹਾ ਟੀਵੀ 'ਚ ਦੇਖ ਲੈਂਦੇ ਨੇ ਤੇ ਫਿਰ ਚੱਕਦੇ ਨੇ ਬੈਟ, ਕਹਿੰਦੇ ਨੇ ਆਪਾਂ ਜਾ ਕੇ ਖੇਡ ਲਾਂਗੇ ਤੇ ਸ਼ਾਇਦ ਆਪਾਂ ਉਸ ਲੈਵਲ ਦੇ ਪਲੇਅਰ ਬਣ ਜਾਾਂਗੇ। ਠੀਕ ਹੈ, ਕੋਈ ਬਣ ਵੀ ਸਕਦਾ ਆਪਣੀ ਮਿਹਨਤ ਦੇ ਨਾਲ, ਪਰ ਕਿਤੇ ਨਾ ਕਿਤੇ ਬਹੁਤ ਹਾਰਡ ਮਿਹਨਤ ਹੈ ਜਿਹੜੀ ਉਹ ਕਰਨੀ ਪੈਂਦੀ ਹੈ, ਤੇ ਕਿਉਂਕਿ ਇਹ ਗੇਮ ਹੈ ਜਿਹੜੀ ਕਈ ਘੰਟਿਆਂ ਦੀ ਗੇਮ ਹੈ ਨਾ ਕ੍ਰਿਕਟ, ਤੇ ਕਈ ਕਈ 40-40 50-50 ਓਵਰ ਹੁੰਦੇ ਨੇ ਇਹਦੇ ਵਿੱਚ, ਤੇ ਉਹ ਘੰਟਿਆਂ ਵੱਧੀ ਲੱਗ ਜਾਂਦਾ ਮਿਹਨਤ ਕਰਨ ਨੂੰ, ਤੇ ਉਹ ਟਾਈਮ ਆਪਣੇ ਕੋਲ ਨਹੀਂ ਹੁੰਦਾ, ਖਾਸ ਕਰ ਆਪਣੇ ਪਿੰਡਾਂ ਦੇ ਬੱਚਿਆਂ ਕੋਲ ਤਾਂ ਮੈਂ ਕਹੂੰਗਾ ਕਿ ਨਾ ਸਾਰਾ ਕੰਮ ਘਰ ਦੇ ਕੰਮ ਕਾਰ ਵੀ ਵਿਚਾਰੇ ਦੇਖ ਰਹੇ ਨੇ, ਤੇ ਆਪਣੇ ਸਕੂਲ ਦੇ ਬੱਚੇ ਤਾਂ ਇਹੋ ਜਿਹੇ ਬੱਚੇ ਹਾਲਾਤ ਨੇ ਕਿ ਦਿਹਾੜੀ ਕਰਨ ਜਾਂਦੇ ਨੇ ਬਾਅਦ ਚ ਸਵੇਰੇ ਸ਼ਾਮ ਦੀ, ਕਈ ਬੱਚੇ ਇਹੋ ਜਿਹੇ ਨੇ ਸਰ ਰਾਤ ਮੈਂ DJ ਨਾਲ ਗਿਆ ਹੋਇਆ, ਸਾਊਂਡ ਦੇ ਨਾਲ ਗਿਆ ਹੋਇਆ ਸੀ, ਸਰ ਰਾਤ ਤਾਂ ਮੈਂ ਆਪਣੀ ਦਿਹਾੜੀ ਵੀ ਸਾਰੀ ਰਾਤ ਪਿਆ ਹੀ ਨਹੀਂ ਹੈਗਾ ਜੀ, ਸਵੇਰੇ ਉਰੇ ਆ ਜਾਂਦੇ ਨੇ ਸਰ ਆਪਾਂ ਖੇਡੀਏ ਜੀ, ਬੜਾ ਤਰਸ ਆਉਂਦਾ ਬੱਚਿਆਂ ਤੇ ਯਾਰ, ਲੱਗਦਾ ਵੀ ਇੰਨੀ ਮਿਹਨਤ ਕਰ ਰਹੇ ਨੇ ਬੱਚੇ ਯਾਰ, ਮਤਲਬ ਇਹਨਾਂ ਨੂੰ ਕੋਈ ਫੈਸਿਲਿਟੀ ਨਹੀਂ
ਸੋ ਉਹ ਦੇਖ ਕੇ ਨਾ ਫਿਰ ਮਨ ਲੱਗਦਾ ਯਾਰ ਆਪਾਂ ਨੂੰ ਕੁਝ ਕਰਨਾ ਚਾਹੀਦਾ। ਸ਼ਰਤ ਗੇਮ ਤਾਂ ਆਪਣੇ ਸਕੂਲ ਚ ਨਾ ਕਈ ਚੱਲ ਰਹੀ ਹੈ ਸੀ, ਸੌਫਟਬਾਲ ਵੀ ਚੱਲ ਰਹੀ ਹੈ, ਕਬੱਡੀ ਚੱਲ ਰਹੀ ਹੈ ਤੇ ਬੱਚੇ ਸਟੇਟ ਲੈਵਲ ਤੱਕ ਗਏ ਹੋਏ ਨੇ, ਪਰ ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਿਉਂ ਨਾ ਇੱਕ ਗੇਮ ਨੂੰ ਸਿੱਧਤ ਨਾਲ ਚਲਾਇਆ ਜਾਵੇ। ਸੋ ਮੈਂ ਹੁਣ ਨੈੱਟਬਾਲ ਗੇਮ ਨੂੰ ਬੜਾ ਵਧੀਆ ਤਰੀਕੇ ਨਾਲ ਪ੍ਰਮੋਟ ਕਰ ਰਿਹਾ, ਬੜੇ ਵਧੀਆ ਤਰੀਕੇ ਦੇ ਨਾਲ ਇਹ ਤੇ ਸਿੱਧਤ ਦੇ ਨਾਲ ਲੱਗੇ ਹੋਏ ਆ ਤੇ 210 ਦੇ ਕਰੀਬ ਬੱਚੇ ਨੇ ਸਕੂਲ ਚ ਤੇ 100 ਤੋਂ ਉੱਪਰ ਬੱਚਾ ਜਿਹੜਾ ਆਪਣਾ ਇਹਦੇ ਨੈੱਟਬਾਲ ਦੇ ਵਿੱਚ ਖੇਡ ਵੀ ਰਿਹਾ। ਮੈਂ ਕਹੂੰਗਾ ਸਟੇਟ ਵੀ ਖੇਡ ਚੁੱਕਿਆ ਇਸ ਵਾਰੀ, 100 ਤੋਂ ਉੱਪਰ ਮਤਲਬ ਅੱਧਾ ਸਕੂਲ ਸਟੇਟ ਖੜਾਤਾ ਤੇ ਲੱਗੇ ਹੋਏ ਆ, ਬੜੀ ਮਿਹਨਤ ਕਰ ਰਹੇ ਨੇ ਤੇ ਰਿਜ਼ਲਟ ਵੀ ਸ਼ਰਨ ਇੰਨੇ ਕੁ ਸੋਹਣੇ ਆ ਰਹੇ ਨੇ। ਜਦੋਂ ਨਾ ਹੁਣੀ ਆ ਮੁਕਤਸਰ ਮੁਕਾਬਲੇ, ਪਹਿਲਾਂ ਬਰਨਾਲੇ ਹੋਏ ਸੀ ਤੇ ਹੁਣ ਮੁਕਤਸਰ, ਤੁਸੀਂ ਫੇਸਬੁੱਕ ਤੇ ਸ਼ਾਇਦ ਮੈਂ ਵੀਡੀਓ ਵੀ ਪਾਈ ਸੀ ਦੇਖੀ ਹੋਣੀ ਹੈ, ਉਹ ਨਾ ਅੰਡਰ 14 ਦੀਆਂ ਆਪਣੀਆਂ ਕੁੜੀਆਂ ਤੇ ਮੁਕਾਬਲਾ ਚੱਲ ਰਿਹਾ ਹੈ, ਮੁਕਾਬਲਾ ਸੰਗਰੂਰ ਦੀ ਟੀਮ ਨਾਲ ਸੀ, ਬੜੀ ਲੰਬੀ ਹਾਈਟ ਉਹਨਾਂ ਕੁੜੀਆਂ ਦੀ ਤੇ ਆਪਣੇ ਸਕੂਲ ਦੇ ਬੱਚੇ ਦੀ ਨਾ ਹਾਈਟ ਬਹੁਤ ਛੋਟੀ ਸੀ, ਵਿਚਾਰੀਆਂ 6ਵੀਂ 7ਵੀਂ ਵਾਲੀਆਂ ਕੁੜੀਆਂ ਸੀ, ਛੋਟੀਆਂ ਛੋਟੀਆਂ, ਪਰ ਉਹਨਾਂ ਦੇ ਜੋ ਖੇਡ ਸਕਿੱਲ ਸੀ ਇੰਨੇ ਕੁ ਵਧੀਆ ਤਰੀਕੇ ਦੇ ਨਾਲ ਖੇਡ ਰਹੀਆਂ ਸੀ ਉਹ, ਤੇ ਉਹ ਸੰਗਰੂਰ ਦੇ ਨਾਲ ਇੰਨਾ ਕੁ ਮੈਚ ਫਸਿਆ ਹੋਇਆ ਸੀ। ਉੱਥੇ ਨਾ ਉਹਨਾਂ ਨੇ ਚੀਫ ਗੈਸਟ ਬੁਲਾਏ ਹੋਏ ਸੀ ਸਰਦਾਰ ਗੁਰਮੇਲ ਸਿੰਘ ਜੀ, ਤੇ ਉਹ ਅੱਜ ਕੱਲ ਪੰਜਾਬ ਪੁਲਿਸ ਚ ਆਪਣੀ ਸੇਵਾ ਨਿਭਾ ਰਹੇ ਨੇ, ਤੇ ਉਹ ਸਟੇਜ ਤੋਂ ਉਤਰ ਕੇ ਆ ਗਏ, ਕਹਿੰਦੇ ਯਾਰ ਬੱਚਿਆਂ ਦੀ ਮਤਲਬ ਗੇਮ ਦੇਖ ਕੇ ਮੈਨੂੰ ਇੰਨੀ ਕੁ ਖੁਸ਼ੀ ਹੋਈ ਹੈ, ਲੱਗ ਰਿਹਾ ਵੀ ਕਿਸੇ ਕੋਚ ਨੇ ਵੀ ਇਹਨਾਂ ਨੂੰ ਖੜਾਇਆ ਹੋਇਆ, ਤੇ ਉਹਨੇ ਸਪੈਸ਼ਲ ਆ ਕੇ ਮੈਨੂੰ ਕਿਹਾ ਵੀ ਤੁਹਾਡਾ ਥੈਂਕਸ ਯਾਰ, ਤੁਸੀਂ ਇੰਨੀ ਮਿਹਨਤ ਇਹ ਬੱਚਿਆਂ ਤੇ ਕਰਾ ਰਹੇ ਹੋ, ਤੁਹਾਡੀ ਮਿਹਨਤ ਨਾ ਬੱਚਿਆਂ ਚ ਦਿਖ ਰਹੀ ਹੈ, ਮਤਲਬ ਭਾਵੇਂ ਮੇਰੀ ਉਹ ਟੀਮ, ਮੈਨੂੰ ਇਹ ਕਹਿਣ ਚ ਸ਼ਰਮ ਨਹੀਂ ਕਿ ਮੇਰੀ ਟੀਮ ਹਾਰ ਗਈ ਸੀ ਸ਼ਰਮ, ਪਰ ਫਿਰ ਵੀ ਮੈਨੂੰ ਜੋ ਖੁਸ਼ੀ ਜਿੱਥੋਂ ਲੈ ਕੇ ਆਇਆ, ਖੁਸ਼ੀ ਇਕੱਠੀ ਕਰਕੇ ਲੈ ਕੇ ਆਇਆ ਤੇ ਬੜਾ ਮਨ ਖੁਸ਼ ਹੋਇਆ ਨਾ। ਤੇ ਉਸ ਤੋਂ ਬਾਅਦ ਅਸੀਂ ਨਾ ਪਰਸੋਂ ਉੱਥੇ ਮੁਕਤਸਰ ਗਏ ਹੋਏ ਸੀ, ਮੁਕਤਸਰ ਵੀ ਸਟੇਟ ਦੇ ਮੁਕਾਬਲੇ ਸੀ, ਸਾਡੀ ਅੰਡਰ 14 ਦੀ ਟੀਮ ਸਕੂਲੀ ਖੇਡਾਂ ਚ ਗਈ ਸੀ, ਤੇ ਉੱਥੇ ਸ਼ਰਨ ਇੰਨਾ ਕਿ ਜ਼ਿਆਦਾ ਮਤਲਬ ਬੱਚਿਆਂ ਨੇ ਕੰਪੀਟੀਸ਼ਨ ਦਿੱਤਾ ਲੁਧਿਆਣਾ ਦੀ ਟੀਮ ਨਾਲ, ਫਜ਼ਿਲਕਾ ਦੀ ਟੀਮ ਨਾਲ, ਉਹ ਇਹਨਾਂ ਤੋਂ ਦੁੱਗਣੀਆਂ ਹਾਈਟ ਚ ਕੁੜੀਆਂ ਤੇ ਉਹਨਾਂ ਨੂੰ ਵਨ ਸਾਈਡਡ ਹਰਾ ਰਹੀਆਂ ਨੇ, ਵਨ ਸਾਈਡਡ ਇਹ ਹੁਣ ਤੋਂ ਜਿੱਤ ਰਹੀਆਂ ਨੇ, ਤੇ ਉੱਥੇ ਜਿਹੜੀ ਹੋਸਟ ਟੀਮ ਸੀ ਮੁਕਤਸਰ ਦੀ ਟੀਮ, ਤੇ ਉਹਨਾਂ ਦੇ ਨਾਲ 4 ਕੁਆਟਰ ਦੇ ਮੈਚ ਹੁੰਦਾ ਨਾ ਇਹ, 15-15 ਮਿੰਟ ਦਾ ਹੁੰਦਾ ਕੁਆਟਰ ਜਾਂ 7-7 ਮਿੰਟ ਦਾ ਕੁਆਟਰ ਹੁੰਦਾ, ਤੇ ਉਹ ਮੈਚ ਚੱਲ ਰਿਹਾ, ਪਹਿਲੇ 3 ਕੁਆਟਰਾਂ ਚ ਸ਼ਰਨ ਇਹ ਲੀਡ ਤੇ ਚੱਲ ਰਹੀਆਂ ਕੁੜੀਆਂ, ਉਹ ਸਾਰਾ ਮਤਲਬ ਜਿਹੜਾ ਉੱਥੇ ਕਹਿੰਦੇ ਮੇਲਾ ਸੀ, ਜੋ ਜਿੰਨੇ ਜ਼ਿਲ੍ਹੇ ਆਏ ਹੋਏ ਸੀ ਸਾਰਿਆਂ ਨੇ ਆਪਣੇ ਆਪਣੇ ਮੈਚ ਛੱਡਤੇ, ਜਿਹੜਾ ਖਾਣਾ ਖਾ ਰਿਹਾ ਸੀ ਖਾਣਾ ਛੱਡ ਕੇ ਖੜ ਗਿਆ, ਇਹ ਕੁੜੀਆਂ ਕਰਕੇ ਰਹੀਆਂ ਛੋਟੀਆਂ ਛੋਟੀਆਂ। ਤੇ ਸ਼ਰਨ ਚੌਥੇ ਕੁਆਟਰ ਚ ਜਾ ਕੇ ਭਾਵੇਂ 1 ਪੁਆਇੰਟ ਤੇ ਲੂਜ਼ ਕਰ ਗਏ, ਪਰ ਉੱਥੋਂ ਦੇ ਜੋ ਕੋਚਿਸ ਸੀ ਜਾਂ ਸਾਰੇ ਪ੍ਰਬੰਧਕ ਸੀ ਸਪੈਸ਼ਲੀ ਆ ਕੇ ਉਹ ਬੱਚਿਆਂ ਨੂੰ ਮਿਲੇ, ਸਾਨੂੰ ਕਿਹਾ ਉਹਨਾਂ ਨੇ, ਕਹਿੰਦੇ ਯਾਰ ਵੀ ਇਹ ਬੱਚਿਆਂ ਨਾ ਤੁਹਾਨੂੰ ਕੁਰਸੀ ਤੇ ਬੈਠੇ ਜਿਤਾਇਆ ਕਰਨਗੀਆਂ, ਵੀ ਸਮਾਂ ਆਉਣ ਵਾਲੇ ਆ, ਉਹ ਮੈਨੂੰ ਦੀ ਕੋਚਿੰਗ ਜਾਰੀ ਰੱਖਿਓ, ਉਹ ਮਿਹਨਤ ਤੁਹਾਡੀ ਆਈ ਤੇ ਤੁਹਾਡੀ ਮਿਹਰਬਾਨੀ ਆ। ਇਹ ਸਰ ਜੀ ਜਿਹੜਾ ਆਪਾਂ ਮਤਲਬ ਆਪਣਾ ਜਿਹੜਾ ਖਰਚਾ ਹੁੰਦਾ, ਜਿਵੇਂ ਤੁਸੀਂ ਬੱਚਿਆਂ ਨੂੰ ਖੇਡਣ ਲਿਆਉਂਦੇ ਹੋ, ਉਹਨਾਂ ਦੇ ਖਾਣ ਪੀਣ ਦਾ ਖਰਚਾ ਜੀ, ਫਿਰ ਉਹ ਸਰਕਾਰ ਕਰਦੀ ਆ? ਹਾਂ ਸ਼ਰਨ, ਜਿਹੜੀ ਸਕੂਲੀ ਖੇਡਾਂ ਨੇ ਇਹਦੇ ਵਿੱਚ ਹੋ ਜਾਂਦਾ, ਇਹਨਾਂ ਵਿੱਚ ਕੁਛ ਸਾਨੂੰ ਬੱਸ ਦਾ ਕਿਰਾਇਆ ਜਿਹੜਾ ਮਿਲ ਜਾਂਦਾ ਤੇ ਉੱਥੇ ਖਾਣਾ, ਚਲੋ ਉੱਥੇ ਉਹਨਾਂ ਵੱਲੋਂ ਪ੍ਰਬੰਧਕਾਂ ਵੱਲੋਂ ਹੁੰਦਾ ਹੀ ਹੈ, ਤੇ ਪਰ ਜਦੋਂ ਬਾਕੀ ਖੇਡਾਂ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਪਰ ਸਾਰਾ ਖੁਦ ਹੀ ਕਰਨਾ ਪੈਂਦਾ, ਖੁਦ ਹੀ ਸਾਰੀ ਅਰੇਂਜਮੈਂਟ ਆਪਾਂ ਨੂੰ ਆਪ ਹੀ ਕਰਨੀ ਪੈਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਪਤਾ ਹੁੰਦਾ ਆਪਾਂ ਨੂੰ ਕਿ ਇਹ ਵਿਚਾਰੇ ਬੱਚੇ ਨਹੀਂ ਕਰ ਸਕਦੇ ਹਨਾ, ਪਰ ਫਿਰ ਇਹ ਹੁੰਦਾ ਪਰਮਾਤਮਾ ਨੇ ਬਹੁਤ ਦਿੱਤਾ ਆਪਾਂ ਨੂੰ, ਕੋਈ ਇਹੋ ਜਿਹੀ ਨਾ ਵੀ ਪਰਮਾਤਮਾ ਵੱਲੋਂ ਘਾਟ ਨਹੀਂ, ਪਰਮਾਤਮਾ ਨੇ ਘਾਟ ਨਹੀਂ ਰੱਖੀ ਤੇ ਕਰ ਰਹੇ ਹਾਂ ਆਪਣੇ ਵੱਲੋਂ ਆਪਣਾ ਬੈਸਟ ਕਰ ਰਹੇ ਹਾਂ ਨਾ। ਤੇ ਬੱਚਿਆਂ ਦੀ ਜੇਕਰ ਡਾਈਟ ਦੀ ਗੱਲ ਕਰੀਏ ਤਾਂ ਇੱਥੇ ਤਕਰੀਬਨ ਆਹ ਕੁਛ ਕੁ ਮਹੀਨਿਆਂ ਦੇ ਵਿੱਚ 3-4 ਕੁਇੰਟਲ ਅਸੀਂ ਛੋਲੇ ਬੱਚਿਆਂ ਨੇ ਖਾਲੇ ਹੋਣਗੇ ਸਾਡੇ ਨੇ, ਤੇ ਉਹ ਮਤਲਬ ਬੱਚਿਆਂ ਲਈ ਲੈ ਕੇ ਰੱਖੀ ਦਾ, ਪਤਾ ਕਿ ਬੱਚਿਆਂ ਨੂੰ ਦੇਖੋ ਪ੍ਰੋਟੀਨ ਦੀ ਕੈਲਸ਼ੀਅਮ ਦੀ ਘਾਟ ਹੈ ਨਾ ਤੇ ਨਹੀਂ ਪੂਰੀ ਹੋ ਸਕਦੀ ਹੈ ਨਾ, ਤੇ ਇਹਨਾਂ ਲਈ ਕੁਛ ਨਾ ਕੁਛ ਜਿੰਨਾ ਕਰ ਸਕਦੇ ਹਾਂ ਉਹ ਫਿਰ ਸਾਰਾ ਮਿਕਸ ਕਰਵਾ ਕੇ ਲੈ ਆਈਦਾ, ਛੋਲੇ ਲੈ ਆਈਦੇ ਨੇ, ਮੂੰਗਫਲੀ ਲੈ ਆਈਦੀ ਹੈ, ਤੇ ਜਿੰਨਾ ਕੁ ਮਤਲਬ ਸਾਰਾ ਮੈਟਰ ਨਾ ਮਿਕਸ ਕਰਵਾ ਕੇ ਉਹਨਾਂ ਤੋਂ ਭੁੱਜਿਆ ਹੋਇਆ ਲੈ ਆਈਦਾ, ਤੇ ਇਹਨਾਂ ਨੂੰ ਫਿਰ ਗੇਮ ਤੋਂ ਬਾਅਦ ਵੰਡੀਦਾ ਵੀ ਕੁਛ ਨਾ ਕੁਛ ਤਾਂ ਖਾਓ ਯਾਰ, ਬਹੁਤਾ ਨੇ ਬਹੁਤੇ ਨਾਲੋਂ ਕਹਿੰਦੇ ਥੋੜਾ ਹੀ ਚੰਗਾ ਵੀ ਜਿੰਨਾ ਕੁ ਪ੍ਰੋਟੀਨ ਤੁਹਾਨੂੰ ਮਿਲ ਜੂਗਾ ਉਨਾ ਹੀ ਸਹੀ, ਤੇ ਕਰ ਰਹੇ ਆ ਬਹੁਤ ਸਹਿਯੋਗ, ਪਿੰਡ ਦਾ ਵੀ ਮਿਲ ਰਿਹਾ, ਬਹੁਤ ਵਧੀਆ ਸਹਿਯੋਗ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਵਧੀਆ ਚੱਲ ਰਿਹਾ। ਜਿਵੇਂ ਇਹ ਹੁਣ ਜਿਹੜੇ ਮੁੰਡੇ ਹੁੰਦੇ ਨੇ, ਮਤਲਬ ਕਈ ਵਾਰ ਤੁਹਾਨੂੰ ਰਾਤ ਵੀ ਰਹਿਣਾ ਪੈਂਦਾ, ਮੁੰਡਿਆਂ ਨੂੰ ਤਾਂ ਰਹਿਣਾ ਸੌਖਾ ਹੁੰਦਾ, ਜਿਵੇਂ ਨਾਲ ਤੁਹਾਡੇ ਕੁੜੀਆਂ ਵੀ ਆਉਂਦੀਆਂ ਨੇ ਜੀ, ਫਿਰ ਘਰ ਦੇ ਉਹਨਾਂ ਨੂੰ ਕਿਵੇਂ ਵਿਸ਼ਵਾਸ ਕਰਕੇ ਤੁਹਾਡੇ ਨਾਲ ਭੇਜਦੇ ਨੇ ਜੀ, ਉਹ ਦੱਸੋ ਕੁਝ ਉੱਪਰ। ਉਹ ਸ਼ਰਨ ਨਾ ਵਿਸ਼ਵਾਸ ਤਾਂ ਨਾ ਜੇ ਕਹਿੰਦੇ ਨੇ ਕਿ ਅਧਿਆਪਕ ਦੂਜੇ ਮਾਪੇ ਹੁੰਦੇ ਨੇ, ਹਾਂਜੀ ਤੇ ਰੱਬ ਜਿਹੜਾ ਵਿਸ਼ਵਾਸ ਮਾਪੇ ਸਾਡੇ ਤੇ ਕਰਦੇ ਨੇ ਤੇ ਅਸੀਂ ਉਹਨਾਂ ਦਾ ਵਿਸ਼ਵਾਸ ਬਣਾ ਕੇ ਰੱਖਦੇ ਹਾਂ। ਦੇਖੋ ਲੜਕੀਆਂ ਨੂੰ ਜੋ ਲੈ ਕੇ ਜਾਣ ਦੀ ਗੱਲ ਹੁੰਦੀ ਹੈ ਨਾ, ਤਾਂ ਬਹੁਤ ਵੱਡਾ ਸਾਡੇ ਲਈ ਚੈਲੰਜ ਹੁੰਦਾ, ਕਿਉਂਕਿ ਦੇਖੋ ਅੱਜ ਕੱਲ ਨਾ ਆਪਣੇ ਸਖਿਆਂ ਤੇ ਆਪਾਂ ਕਹਿੰਦੇ ਕੋਈ ਵਿਸ਼ਵਾਸ ਨਹੀਂ ਕਰਦਾ, ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ, ਜੇਕਰ ਸਾਨੂੰ ਅੱਖਾਂ ਮੀਟ ਕੇ ਮਾਪੇ ਤੋਰ ਰਹੇ ਨੇ ਤਾਂ ਅਸੀਂ ਵੀ ਆਪਣੀਆਂ ਬੇਟੀਆਂ ਬਣਾ ਕੇ ਲੈ ਕੇ ਜਾਂਦੇ ਹਾਂ, ਮੇਰੀ ਆਪਣੀ ਬੇਟੀ ਨੂੰ ਫਿਰ ਮੈਂ ਨਾਲ ਲੈ ਕੇ ਜਾਂਦਾ, ਮੇਰੀ ਵਾਈਫ ਨਾਲ ਜਾਂਦੇ ਨੇ, ਬੜਾ ਵੱਡਾ ਸਹਿਯੋਗ ਹੈ ਮੇਰਾ ਪਰਿਵਾਰ ਦਾ ਮੇਰੇ ਨਾਲ, ਤੇ ਉਹ ਜਿੰਨੀਆਂ ਵੀ ਖੇਡਾਂ ਚ ਲੜਕੀਆਂ ਜਾਂਦੀਆਂ ਨੇ ਤਾਂ ਮੇਰੀ ਵਾਈਫ ਨੇ ਮੇਰੇ ਨਾਲ ਜਾਣ
ਸਵੇਰੇ ਉਹਨੇ ਉੱਠਣਾ ਉਹ 12-12, 15-15 ਕੁੜੀਆਂ ਨੇ ਤਾਂ ਮੇਰੀ ਵਾਈਫ ਹੋਰ ਆਪ ਹੀ ਉਹਨਾਂ ਸਿਰ ਬਹੁਣ ਲੱਗੇ ਪਏ ਹੁੰਦੇ ਤਿਆਰ ਕਰਨੀ ਹੈ ਖੇਡਾਂ ਲਈ ਉਹ ਫਟਾਫਟ ਵੀ ਤਿਆਰ ਕਰਨਾ ਇਹਨਾਂ ਨੂੰ ਤੇ ਮੈਂ ਕਹਿੰਦਾ ਕੋਈ ਨੀ ਵੱਡੀਆਂ ਨੇ ਕਰ ਲੈਣਗੀਆਂ ਕਹਿੰਦੇ ਨਹੀਂ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਇਹਨਾਂ ਨੂੰ ਤਿਆਰ ਕਰਦੇ ਹਾਂ ਵੀ ਹਾਂ ਹੁਣ ਜਾਣਗੀਆਂ ਬੱਚੀਆਂ ਸਾਡੀਆਂ ਤੇ ਫਿਰ ਜਦੋਂ ਆਪਣੀ ਬੇਟੀ ਮੇਰੇ ਵਿੱਚ ਖੇਡ ਰਹੀ ਹੈ ਤਾਂ ਫਿਰ ਮਾਪਿਆਂ ਦਾ ਯਕੀਨ ਤਾਂ ਸੁਭਾਵਿਕ ਹੈ ਵੀ ਉਹਨਾਂ ਦਾ ਬਣਨਾ ਹੀ ਬਣਨਾ ਨਾ ਵੀ ਹਾਂ ਯਾਰ ਵੀ ਸਰ ਦੇ ਆਪਣੇ ਬੱਚੇ ਨਾਲ ਜਾ ਰਹੇ ਨੇ ਵਾਈਫ ਜਾ ਰਹੇ ਨੇ ਤੇ ਫਿਰ ਉਹ ਚੱਲੀ ਜਾ ਰਿਹਾ ਆਪਣੇ ਵੱਲੋਂ ਪਰਮਾਤਮਾ ਵੱਲੋਂ ਬਹੁਤ ਵੱਡਾ ਸਾਥ ਮਿਲ ਰਿਹਾ ਜੀ ਕਈ ਕਈਆਂ ਦੇ ਸਵਾਲ ਹੁੰਦੇ ਨੇ ਜੀ ਮੈਂ ਘਰਦਿਆਂ ਦੇ ਮਾਪਿਆਂ ਸਵਾਲ ਹੁੰਦੇ ਨੇ ਵੀ ਬੱਚਾ ਖੇਡ ਰਿਹਾ ਹਨਾ ਜੀ ਜਿਹੜੇ ਉਹਦੇ ਸਰਟੀਫਿਕੇਟ ਮੰਨਦੇ ਨੇ ਜੀ ਕੀ ਰੋਲ ਆ ਉਹਨਾਂ ਦਾ ਗਾਹਾਂ ਜ਼ਿੰਦਗੀ ਦੇ ਵਿੱਚ ਆ ਕੇ ਕੰਮ ਆਉਂਦੇ ਨੇ ਜਿਵੇਂ ਕਈ ਕਹਿੰਦੇ ਨੇ ਸਰਟੀਫਿਕੇਟ ਕੀ ਆ ਘਰੇ ਪੈਣੇ ਤੇਰੇ ਬਿਲਕੁਲ ਸ਼ਰਨ ਇਹ ਨਾ ਬੜੀ ਨੌਲੇਜ ਦੀ ਘਾਟ ਹੈ ਹਾਂਜੀ ਆਪਣੇ ਨਾ ਆਪਣੇ ਪਿੰਡ ਦੀ ਮੈਂ ਗੱਲ ਕਰੂੰਗਾ ਕਬੱਡੀ ਦੇ ਵਿੱਚ ਨਾ ਉਹ ਸਟੇਟ ਲੈਵਲ ਤੱਕ ਚੰਗੇ ਪੋਜੀਸ਼ਨਾਂ ਵੀ ਆਈ ਹੋਏ ਨੇ ਖੇਡੇ ਹੋਏ ਨੇ ਹਾਂਜੀ ਤੇ ਕਿਤੇ ਨਾ ਉਹ ਖੇਡ ਕੇ ਵਿਚਾਰੇ ਘਰ ਰੱਖ ਲੈਂਦੇ ਨੇ ਸਰਟੀਫਿਕੇਟ ਆਪਣੇ ਹਾਂਜੀ ਇਹ ਨਾ ਖੇਡ ਦੀ ਗ੍ਰੇਡੇਸ਼ਨ ਕਰਾਉਣੀ ਜ਼ਰੂਰੀ ਹੁੰਦੀ ਹੈ ਅੱਛਾ ਗ੍ਰੇਡੇਸ਼ਨ ਹੁੰਦੀ ਹੈ ਕਿ ਇੱਕ ਮੋਹਰ ਲੱਗਣੀ ਸਰਕਾਰੀ ਮੋਹਰ ਲੱਗ ਜਾਣੀ ਕਿ ਇਹ ਸਰਟੀਫਿਕੇਟ ਅਸਲ ਨੇ ਸਹੀ ਨੇ ਕਿ ਹਾਂ ਬੱਚਾ ਸਟੇਟ ਲੈਵਲ ਤੱਕ ਖੇਡਿਆ ਹੋਇਆ ਇਹਨੂੰ ਅਸੀਂ ਸੀ ਲੈਵਲ ਦਾ ਜਿਹੜਾ ਦਰਜਾ ਦਿੰਦੇ ਹਾਂ ਤੇ ਜਦ ਤੱਕ ਗ੍ਰੇਡੇਸ਼ਨ ਨਹੀਂ ਨਾ ਹੁੰਦੀ ਸ਼ਰਨ ਉਹ ਇੱਕ ਬਸ ਉਹ ਕਾਗਜ਼ ਦੇ ਟੁਕੜੇ ਹੀ ਨੇ ਫਿਰ ਉਹ ਉਹਨਾਂ ਨੂੰ ਕਿਤੇ ਦਿਖਾ ਨਹੀਂ ਸਕਦੇ ਕਿਤੇ ਤੁਹਾਡੇ ਵੈਲਿਡ ਨਹੀਂ ਹੈਗੇ ਕਿਤੇ ਤੁਹਾਨੂੰ ਤੁਸੀਂ ਕਹੋਗੇ ਕਿ ਅਸੀਂ ਨੌਕਰੀ 'ਚ ਕੋਟਾ ਲੈ ਲਾਂਗੇ ਹਾਂਜੀ ਸਰਟੀਫਿਕੇਟ ਨਾਲ ਕੋਟਾ ਨਹੀਂ ਮਿਲਦਾ ਤੁਹਾਡੀ ਗ੍ਰੇਡੇਸ਼ਨ ਨਾਲ ਕੋਟਾ ਮਿਲਣਾ ਤਾਂ ਫਿਰ ਜੇਕਰ ਉਹ ਸਰਟੀਫਿਕੇਟ ਬੱਚਾ ਮੈਂ ਤਾਂ ਇਹ ਕਹਿੰਦਾ ਸਟੇਟ ਤਾਂ ਬਹੁਤ ਦੂਰ ਦੀ ਗੱਲ ਹੈ ਜੇਕਰ ਜ਼ਿਲ੍ਹੇ ਲੈਵਲ ਦਾ ਵੀ ਡੀ ਸਰਟੀਫਿਕੇਟ ਬੱਚੇ ਦਾ ਬਣਿਆ ਹੋਇਆ ਨਾ ਤਾਂ ਵੀ ਛੋਟੀ ਮੋਟੀ ਨੌਕਰੀਆਂ ਲਈ ਤਾਂ ਬੱਚਾ ਉੱਥੇ ਐਲੀਜੀਬਲ ਹੋ ਜਾਂਦਾ ਸਪੋਰਟਸ ਕੋਟੇ ਦੇ ਵਿੱਚ ਜਿਹੜਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਨੌਲੇਜ ਹੀ ਨਹੀਂ ਹੈਗੀ ਨੌਲੇਜ ਹੈ ਨਹੀਂ ਤਾਂ ਹੀ ਸਰ ਤੁਹਾਡੇ ਨਾਲ ਗੱਲ ਕੀਤੀ ਹੈ ਬਹੁਤ ਨੌਲੇਜ ਹੈ ਪਤਾ ਨਹੀਂ ਹੈਗਾ ਸਰ ਤੇ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਬੱਚਾ ਥੋੜਾ ਜ਼ਿਲ੍ਹੇ ਲੈਵਲ ਦਾ ਖੇਡ ਕੇ ਆਉਂਦਾ ਉਹਦੀ ਜਿਹੜੀ ਸਮਰੀ ਸ਼ੀਟ ਹੈ ਉਹ ਸੰਭਾਲ ਕੇ ਰੱਖੀ ਜਾਵੇ ਜਿਹੜੇ ਫਿਕਸਚਰ ਨੇ ਉਹ ਸੰਭਾਲ ਕੇ ਰੱਖੇ ਜਾਣ ਸਰਟੀਫਿਕੇਟ ਆ ਉਹ ਸੰਭਾਲ ਕੇ ਰੱਖਿਆ ਜਾਵੇ ਤੇ ਫਿਰ ਸਪੋਰਟਸ ਦਫ਼ਤਰ 'ਚ ਜਾਓ ਠੀਕ ਹੈ ਤੇ ਆਪਣੇ ਉੱਥੇ ਮਿਲ ਕੇ ਜ਼ਿਲ੍ਹੇ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਗ੍ਰੈਡੂਏਸ਼ਨ ਕਰਵਾ ਸਕਦੇ ਹੋ ਬੜੀ ਸੌਖੀ ਹੈ ਬੜਾ ਵਧੀਆ ਸਰਕਾਰ ਨੇ ਤਰੀਕਾ ਕੀਤਾ ਹੋਇਆ ਪਰ ਆਪਾਂ ਉਪਰਾਲਾ ਨਹੀਂ ਕਰਦੇ ਫਿਰ ਤੁਸੀਂ ਕਹਿੰਦੇ ਵੀ ਉਹ ਕਾਗਜ਼ ਬੇਕਾਰ ਨਹੀਂ ਹੈਗੇ ਉਹ ਇੱਕ ਵੈਲਿਡ ਸਰਟੀਫਿਕੇਟ ਬਣ ਜਾਂਦੇ ਨੇ ਫਿਰ ਤੁਸੀਂ ਨੌਕਰੀਆਂ ਦੇ ਵਿੱਚ ਮੈਂ ਕਹਿੰਦਾ ਕਿ ਯਾਰ ਕਈ ਨੌਕਰੀਆਂ ਤਾਂ ਨਾ ਇਹੋ ਜਿਹੀਆਂ ਨੇ ਤੇ ਜਿਸ ਤਰ੍ਹਾਂ ਟੀਚਿੰਗ ਲਾਈਨ ਦੇ ਵਿੱਚ ਗੱਲ ਕਰੋ ਪ੍ਰਾਇਮਰੀ ਟੀਚਰਸ ਦੀ ਗੱਲ ਕਰੋ ਤਾਂ ਉੱਥੇ ਸਪੋਰਟਸ ਕੋਟਾ ਖਾਲੀ ਰਹਿ ਜਾਂਦਾ ਕੋਈ ਬੱਚੇ ਨਹੀਂ ਸ਼ਰਨ ਮਿਲ ਰਿਹਾ ਉਹਨਾਂ ਨੂੰ ਤੇ ਹੋਰ ਵੀ ਕਈ ਇਹੋ ਜਿਹੀਆਂ ਨੌਕਰੀਆਂ ਹੈਗੀਆਂ ਨੇ ਜੇਕਰ ਪਟਵਾਰੀ ਗੱਲ ਕਰੀਏ ਜਾਂ ਕੋਈ ਹੋਰ ਕਿਸੇ ਵੀ ਮਹਿਕਮੇ 'ਚ ਲਗਾ ਲਓ ਤੇ ਉੱਥੇ ਬਹੁਤ ਪੋਸਟਾਂ ਖਾਲੀ ਰਹਿ ਜਾਂਦੀਆਂ ਨੇ ਉਹ ਉਡੀਕ ਰਹੇ ਹੁੰਦੇ ਨੇ ਕਿ ਕੋਈ ਸਪੋਰਟਸ ਵਾਲਾ ਸਾਡੇ ਕੋਲ ਆਵੇ ਪਰ ਉਹ ਸਪੋਰਟਸ ਵਾਲੇ ਨੂੰ ਵਿਚਾਰਨ ਨੂੰ ਨੌਲੇਜ ਨਹੀਂ ਹੁੰਦੀ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਕੋਲ ਸਰਟੀਫਿਕੇਟ ਵੀ ਹੈਗਾ ਤੇ ਅਸੀਂ ਜਾ ਕੇ ਦੇਣਾ ਹੀ ਹੈ ਤੇ ਸਾਡੀ ਨੌਕਰੀ ਸਾਡੇ ਕੋਲ ਪਈ ਹੈ ਇਹ ਮਤਲਬ ਇਹ ਦੱਸਣ ਜੀ ਸਕੂਲ ਦੀ ਜ਼ਿੰਮੇਵਾਰੀ ਮੰਨਦੇ ਆ ਜਵਾਕਾਂ ਨੂੰ ਤਾਂ ਬਿਲਕੁਲ ਸ਼ਰਨ ਸਾਡੀ ਜ਼ਿੰਮੇਵਾਰੀ ਆ ਦੇਖੋ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਹਾਂ ਜੀ ਹਾਂ ਦੱਸਣ ਵਾਲੇ ਵੀ ਅਸੀਂ ਆ ਕਰਾਉਣਾ ਵੀ ਸਾਨੂੰ ਚਾਹੀਦਾ ਮੈਂ ਤੁਹਾਨੂੰ ਤਾਂ ਹੀ ਪੁੱਛਿਆ ਸੀ ਮੈਂ ਜਿਹੜੇ ਮੇਰੇ ਨਾਲ ਸਟੂਡੈਂਟ ਤੇ ਉਹ ਵੀ ਖੇਡਦੇ ਤੇ ਸਟੇਟ ਲੈਵਲ ਤੇ ਵੀ ਵਧੀਆ ਖੇਡ ਕੇ ਆਏ ਨੇ ਉਹਨਾਂ ਨੂੰ ਪਰ ਇਹ ਜਾਣਕਾਰੀ ਹੈ ਨਹੀਂ ਦੀ ਵੀ ਇਹਦਾ ਕੰਮ ਕੀ ਕਰੀਏ ਸ਼ਰਨ ਫਿਰ ਉਹੀ ਹੈ ਨਾ ਫਿਰ ਉਹ ਅਕਸਰ ਕਹਿ ਦਿੰਦੇ ਨੇ ਯਾਰ ਅਸੀਂ ਵੀ ਖੇਡੇ ਹੋਏ ਆ ਬਣਦਾ ਤਾਂ ਕੁਝ ਹੈ ਨਹੀਂ ਬਣਦਾ ਤਾਂ ਕੁਝ ਹੈ ਨਹੀਂ ਬਣਨਾ ਵੀ ਕੀ ਹੈ ਫਿਰ ਨਾ ਤੇ ਦੂਸਰੀ ਗੱਲ ਹੋਰ ਵੀ ਹੈ ਸ਼ਰਨ ਇੱਕ ਨਾ ਜਿਹੜੇ ਖੇਡਾਂ ਵਾਲਾ ਖਿਡਾਰੀ ਆ ਨਾ ਜਿਹੜਾ ਹਾਂਜੀ ਉਹ ਯਾਰ ਖੇਡਾਂ ਵੱਲ ਤਾਂ ਹੋ ਜਾਂਦਾ ਹਾਂਜੀ ਪਰ ਉਹ ਪੜ੍ਹਾਈ ਤੋਂ ਪਿੱਛੇ ਹਟ ਜਾਂਦਾ ਜਦੋਂ ਪੜ੍ਹਾਈ ਤੋਂ ਪਿੱਛੇ ਹਟ ਗਿਆ ਨਾ ਫਿਰ ਵੀ ਉਸ ਖਿਡਾਰੀ ਦਾ ਕੁਝ ਨਹੀਂ ਬਣ ਸਕਦਾ ਕਿਉਂਕਿ ਦੇਖੋ ਕੋਈ ਵੀ ਨੌਕਰੀ ਆ ਨਾ ਉਹਦੀ ਐਲੀਜੀਬਿਲਟੀ ਤਾਂ ਹੁੰਦੀ ਆ ਨਾ ਕਿ ਉਹ ਜੇਕਰ ਕਿਸੇ ਵੀ ਪੁਲਿਸ ਲਾਈਨ 'ਚ ਜਾਣਾ ਆਹ ਰੈਂਕ ਤੇ ਜਾਣਾ ਤਾਂ ਉੱਥੇ ਘੱਟੋ ਘੱਟ ਭਾਈ BA ਕੀਤੀ ਹੋਵੇ ਪਰ ਬੱਚਾ ਹੁਣ ਜੇ ਹੁਣ 10ਵੀਂ ਵੀ ਪਾਸ ਨਹੀਂ ਹੋਇਆ ਹੈਗਾ ਇਕੱਲਾ ਖੇਡੀ ਜਾ ਰਿਹਾ ਤਾਂ ਉੱਥੇ ਫਿਰ ਨੌਕਰੀ ਤਾਂ ਮੁਸ਼ਕਲ ਆ ਨਾ ਉਹਦੇ ਲਈ ਨੌਕਰੀ ਨਹੀਂ ਮਿਲਣੀ ਸੋ ਪੜ੍ਹਾਈ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਪੜ੍ਹਾਈ ਨਾਲ ਜਾਰੀ ਰੱਖਣੀ ਚਾਹੀਦੀ ਹੈ ਜੇ ਪੜ੍ਹਾਈ ਨਾਲ ਜਾਰੀ ਰੱਖੂਗਾ ਤਾਂ ਬਸ ਫਿਰ ਤਾਂ ਬਹੁਤ ਬੱਚਾ ਤਰੱਕੀਆਂ ਕਰ ਸਕਦਾ ਸਪੋਰਟਸ ਦੇ ਖੇਤਰ ਵਿੱਚ ਤਾਂ ਮੈਂ ਕਹਿੰਦਾ ਕਿ PCS ਰੈਂਕ ਤੱਕ ਹਾਂਜੀ ਬੱਤੀਆਂ ਵਾਲੀਆਂ ਗੱਡੀਆਂ ਵੀ ਇਹ ਸਪੋਰਟਸ ਵਾਲੇ ਲਗਵਾ ਸਕਦੇ ਨੇ ਪਰ ਜੇ ਇਹਨਾਂ ਥੋੜੀ ਨੌਲੇਜ ਹੋਵੇ ਥੋੜਾ ਜਿਹਾ ਇਹ ਅਲੱਗ ਮਿਹਨਤ ਕਰਨਾ ਕਿਉਂਕਿ ਖੇਡ ਤੇ ਬਹੁਤ ਮਿਹਨਤ ਆਉਂਦੀ ਹੈ ਨਾ ਖੇਡਾਂ 'ਚ ਵੀ ਦਿਨ ਰਾਤ ਸਿੱਧਤ ਨਾਲ ਖੇਡਣਾ ਪੈਂਦਾ ਤੇ ਫਿਰ ਰਾਤਾਂ ਨੂੰ ਜਾ ਕੇ ਪੜ੍ਹਨਾ ਵੀ ਪੈਂਦਾ ਖਿਡਾਰੀ ਨੂੰ ਫਿਰ ਜ਼ਰੂਰ ਜਿਵੇਂ ਆਪਾਂ ਆਪਣੇ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਜੀ ਜਿਵੇਂ ਤੁਸੀਂ ਪੜ੍ਹੇ ਹੋ ਮੈਂ ਵੀ ਪੜ੍ਹੇ ਹੁੰਦੇ ਜਿਹੜੇ ਆਪਣੇ ਟੀਚਰ ਹੁੰਦੇ ਤੇ ਆਪਣੇ ਗੁਰੂ ਹੁੰਦੇ ਤੇ ਉਹਨਾਂ ਦੀ ਆਪਾਂ ਘੂਰ ਮੰਨ ਲੈਂਦੇ ਤੇ ਜੀ ਅੱਜ ਕੱਲ੍ਹ ਦੇ ਬੱਚੇ ਜਾਂ ਤੁਸੀਂ ਉਹਨਾਂ ਨੂੰ ਘੂਰਦੇ ਜਾਂ ਕੁਛ ਕਰਦੇ ਘੂਰ ਮੰਨਦੇ ਨੇ ਸ਼ਰਨ ਮੈਂ ਨਾ ਜਿਸ ਟਾਈਮ ਨੌਕਰੀ ਜੁਆਇਨ ਕੀਤਾ ਸੀ ਹਾਂਜੀ ਜਿਹੜੇ ਅਧਿਆਪਕ ਨੇ ਨਾ ਮੈਨੂੰ ਜੁਆਇਨ ਕਰਵਾਇਆ ਸੀ ਹਾਂਜੀ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਿਖਾਈ ਸੀ ਹਾਂਜੀ ਕਹਿੰਦੇ ਜੇਕਰ ਨਾ ਤੁਸੀਂ ਬੱਚੇ ਨੂੰ ਘੂਰਨਾ ਹੈ ਹਾਂਜੀ ਥੋੜੀ ਘੂਰ ਮੰਨੂਗਾ ਬੱਚਾ ਹਾਂਜੀ ਬੱਚੇ ਦੇ ਡੰਡਾ ਵੀ ਲਾਉਣਾ ਹੈ ਹਾਂਜੀ ਡੰਡਾ ਬੱਚਾ ਤੁਹਾਡਾ ਖਾਊਗਾ ਹਾਂਜੀ ਪਰ ਉਹਦਾ ਇੱਕ ਇਹ ਗੱਲ ਯਾਦ ਰੱਖੀ ਪਹਿਲਾਂ ਉਸ ਲੈਵਲ ਦੀ ਮਿਹਨਤ ਕਰਾਈ ਹੋਵੇ ਜੇਕਰ ਤੂੰ ਮਿਹਨਤ ਕਰਾ ਕੇ ਮਿਹਨਤ ਕਰਨ
ਬੱਚੇ ਨੂੰ ਕਰਾਇਆ ਕੁਛ ਨੀ, ਕਿਹਾ ਕੁਛ ਨੀ, ਚੱਕ ਲਿਆ ਡੰਡਾ, ਡੰਡੇ ਲਾਉਣ ਲੱਗ ਗਏ। ਉੱਥੇ ਤਾਂ ਫਿਰ ਬੱਚਾ ਕਹਿੰਦਾ ਜੀ ਮੈਨੂੰ ਕਰਾਇਆ ਤੁਸੀਂ ਹੈ ਨੀ, ਕਿਉਂਕਿ ਅੱਜ ਕੱਲ ਦੇ ਬੱਚੇ ਬਹੁਤ ਐਕਟਿਵ ਨੇ ਨਾ, ਤੇਜ਼ ਨੇ ਜੀ, ਪੁਰਾਣੇ ਸਮੇਂ ਤਾਂ ਉੱਥੇ ਆਪੇ ਡੰਡੇ ਵੀ ਪੈ ਜਾਂਦੇ, ਸਿੱਧੇ ਵੀ ਪੈ ਜਾਂਦੇ ਸੀ, ਠੀਕ ਹੈ, ਕੁੱਟ ਖਾ ਲਏ ਸੀ ਮਾਸਟਰ ਜੀ ਨੇ, ਕੁੱਟਿਆ ਬਸ ਕੁੱਟਿਆ ਵੀ ਠੀਕ ਹੀ ਹੋਣਗੇ ਨਾ। ਪਰ ਅੱਜ ਕੱਲ ਦੇ ਬੱਚੇ ਜਵਾਬ ਮੰਗਦੇ ਨੇ, ਪੁੱਛਦੇ ਨਹੀਂ ਸਾਨੂੰ ਕੀ ਕਰਵਾਇਆ ਜੀ, ਦੱਸੋ ਅਸੀਂ ਤੁਸੀਂ ਕਰਵਾਇਆ ਤਾਂ ਹੈ ਨੀ, ਕੁੱਟੀ ਜਾਂਦੇ ਹੋ। ਹਾਂ, ਜੇਕਰ ਆਪਾਂ ਮਿਹਨਤ ਕਰਵਾਈ ਹੈ ਉਸ ਤੋਂ ਬਾਅਦ ਕੁੱਟੋ ਬੱਚਿਆਂ ਨੂੰ, ਮੈਂ ਕਹਿੰਦਾ ਚਾਹੇ ਲੱਤਾਂ ਦੇ ਨਿਸ਼ਾਨ ਪੈਂਦੇ ਨੇ ਸਾਡੇ ਬੱਚਿਆਂ ਦੇ, ਖੇਡਾਂ ਵਾਲਿਆਂ ਦੇ, ਪਰ ਬੜੇ ਖੁਸ਼ੀ ਖੁਸ਼ੀ ਖਾਂਦੇ ਨੇ ਉਹ, ਕਹਿੰਦੇ ਨੇ ਸਾਡੀ ਗਲਤੀ ਹੈ ਜੀ, ਫਿਰ ਉਹ ਸੁਧਾਰ ਵੀ ਲੈ ਕੇ ਆਉਂਦੇ ਨੇ ਆਪਣੇ ਆਪ ਚ, ਇੰਪਰੂਵਮੈਂਟ ਵੀ ਲੈ ਕੇ ਆਉਂਦੇ ਨੇ ਨਾ, ਤੇ ਖੁਸ਼ੀ ਵੀ ਹੁੰਦੀ ਹੈ ਯਾਰ ਬੱਚਿਆਂ ਨੂੰ ਆਪਾਂ ਜੇ ਕੁਛ ਸਿਖਾਇਆ ਤਾਂ ਉਹ ਸਿੱਖ ਰਹੇ ਨੇ। ਹਾਂਜੀ, ਉਹ ਜਿਵੇਂ ਅਸੀਂ ਜਦ ਉਹਦੇ ਸਕੂਲ ਚ ਪੜ੍ਹਦੇ ਹੁੰਦੇ ਤੇ ਜਦ ਦੀਵਾਲੀ ਦਾ ਤਿਉਹਾਰ ਆਉਂਦਾ ਜੀ, ਕਮਰੇ ਕੁਮਰੇ ਸਾਫ ਸਾਰਾ ਕੁਛ ਕਰਦੇ ਤੇ, ਅੱਜ ਕੱਲ ਦੇ ਜਵਾਕਾਂ ਨੂੰ ਜਦ ਸੁਣਦਾ ਵਾਲਾ ਇਹੀ ਕਹਿ ਰਿਹਾ ਅਸੀਂ ਕਿਹੜਾ ਨੌਕਰ ਰੱਖਿਆ, ਅਸੀਂ ਨੌਕਰ ਲੱਗੇ ਹਾਂ। ਤੇ ਬੱਚੇ ਨਾ ਮਾਪੇ ਨਾ ਇੱਕ ਇਹ ਵੀ ਸ਼ਰਨ ਮੰਨਣੀ ਪਊ ਗੱਲ ਆਪਾਂ ਨੂੰ, ਮਾਪਿਆਂ ਨੇ ਬੱਚੇ ਨਾ ਬੜੇ ਲਾਡਲੇ ਰੱਖੇ ਹੋਏ ਨੇ, ਇੱਕੋ ਇੱਕ ਬੱਚਾ ਤੇ ਉਹਨੂੰ ਕਹਿਣਗੇ ਜੀ ਸਾਡੇ ਬੱਚੇ ਨੂੰ ਕਹਿਣਾ ਕੁਛ ਨੀ, ਪੜ੍ਹੇ ਨਾ ਪੜ੍ਹੇ, ਪੜ੍ਹੇ ਨਾ ਪੜ੍ਹੇ, ਫਿਰ ਉੱਥੇ ਅਧਿਆਪਕ ਸੋਚਦਾ ਨਾ ਵੀ ਤੁਸੀਂ ਕਹਿ ਰਹੇ ਹੋ ਕੁਛ ਕਹਿਣਾ ਨੀ, ਭਾਈ ਨਹੀਂ ਕਹਿੰਦੇ, ਨਹੀਂ ਕਹਿੰਦੇ ਜੀ, ਅਧਿਆਪਕ ਦਾ ਇੱਕ ਵਾਰ ਕਿਹਾ ਹੋਇਆ ਨਾ ਵੀ ਮੈਂ ਨਹੀਂ ਕਹਿੰਦਾ ਕੁਛ, ਤਾਂ ਸਮਝ ਲਓ ਜਿਵੇਂ ਨਾ ਪੁਰਾਣੇ ਜ਼ਮਾਨੇ ਚ ਉਹ ਰਿਸ਼ੀ ਮੁਨੀ ਸ਼ਰਾਪ ਦਿੰਦੇ ਹੁੰਦੇ ਤੇ ਵੀ ਜਾ ਤੂੰ ਬਰਬਾਦ ਹੈ, ਉਹ ਗੱਲ ਹੈ ਵੀ ਨਹੀਂ ਕਹਿੰਦਾ, ਸੁਭਾਹਾ ਕਰਕੇ ਕਹਿ ਰਿਹਾ, ਬਸ ਉਹ ਸੁਭਾਹ ਹੀ ਹੈ ਵੀ ਬਰਬਾਦ ਹੈ, ਜਦੋਂ ਅਧਿਆਪਕ ਨੇ ਕਹਿਤਾ ਕਿ ਮੈਂ ਨਹੀਂ ਇਹਨੂੰ ਕੁਛ ਕਹਿੰਦਾ, ਚਲੋ ਠੀਕ ਹੈ, ਬਸ ਸਮਝ ਲਓ ਉਹ ਬੱਚੇ ਦੀ ਜ਼ਿੰਦਗੀ ਖਰਾਬ, ਉਹ ਬੱਚਾ ਤਰੱਕੀ ਕਰ ਹੀ ਨਹੀਂ ਸਕਦਾ ਜਿਸ ਦਿਨ ਅਧਿਆਪਕ ਨੇ ਕਹਿਤਾ ਕਿ ਇਹਨੂੰ ਕੁਛ ਨਹੀਂ ਕਹਿੰਦੇ, ਨਹੀਂ ਕਹਿੰਦੇ। ਸੋ ਇਹ ਗੱਲ ਨਾ ਕਿਸੇ ਅਧਿਆਪਕ ਦੇ ਮੂੰਹ ਚੋਂ ਪਰਮਾਤਮਾ ਕਰੇ ਨਿਕਲੇ ਜਾਂ ਕੋਈ ਮਾਪੇ ਕਹਾਵੇ। ਮੈਂ ਸਟੋਰੀਆਂ ਸੁਣਦੇ ਹੀ ਰਹਿਣਾ ਜੀ, ਜਵਾਕਾਂ ਦੇ ਮੂੰਹੋਂ ਵੀ ਕਈ ਵਾਰ ਸੁਣਨਾ ਵੀ ਮੈਨੂੰ ਮਾਸਟਰ ਨੇ ਇਦਾਂ ਕਹਿਤਾ, ਮੈਂ ਉਹਨੂੰ ਕਹਿੰਦਾ ਜੀ ਬਾਹਰੇ ਮਿਲੀ ਤੂੰ, ਸਾਨੂੰ ਬਾਹਰੇ ਮਿਲੀ, ਉਹ ਮਿਲੂਗਾ ਭਾਈ ਇਤਿਹਾਸ ਬਾਰੇ ਮਿਲੂਗਾ, ਜੇ ਕਹਿੰਦੇ ਨੇ ਛੋਟੇ ਹੁੰਦੇ ਭਾਈ ਆਪਦੇ ਮਾਸਟਰ ਤੋਂ ਖਾਲਿਆ, ਹੁਣ ਜਵਾਕਾਂ ਤੋਂ ਖਾਲਾਂਗੇ, ਪੀੜੀ ਬਦਲੀ ਹੋਈ ਹੈ, ਸਮਾਂ ਬਦਲਿਆ ਹੋਇਆ। ਹਾਂਜੀ, ਪਰ ਗੱਲ ਇਹ ਹੈ ਵੀ ਉਸ ਬੱਚੇ ਦਾ ਕੀ ਬਣੂ, ਤਰਸ ਆਉਂਦਾ ਆਪਣੇ ਬੱਚਿਆਂ ਤੇ, ਫਿਰ ਵੀ ਯਾਰ ਇਹਦਾ ਕੀ ਬਣੂਗਾ, ਸੋਚਦੇ ਹੁੰਦੇ ਆ ਕਈ ਵਾਰ ਜੇ ਬੱਚਾ ਕੋਈ ਇਹੋ ਜਿਹਾ, ਵੈਸੇ ਮੇਰੀ ਜ਼ਿੰਦਗੀ ਚ ਮੈਨੂੰ ਕੋਈ ਇਹੋ ਜਿਹਾ ਬੱਚਾ ਨਹੀਂ ਮਿਲਿਆ ਹੈਗਾ ਵੀ ਜਿਹੜਾ ਨਾ ਇਸ ਤਰ੍ਹਾਂ ਮੈਨੂੰ ਕਿਹਾ ਹੋਵੇ ਕਿ ਤੈਨੂੰ ਬਾਹਰੇ ਮਿਲਾਂਗੇ ਜਾਂ ਕਰਾਂਗੇ, ਪਰਮਾਤਮਾ ਦੀ ਸ਼ੁਕਰ ਹੈ ਮੈਂ ਕਹੂੰਗਾ ਕਿ ਮੈਨੂੰ ਬਹੁਤ ਚੰਗੇ ਬੱਚੇ ਮਿਲੇ ਨੇ, ਠੀਕ ਹੈ, ਬਹੁਤ ਡਾਂਟਿਆ ਵੀ ਹੈ ਬੱਚਿਆਂ ਨੂੰ ਕਿਉਂਕਿ ਫਿਜ਼ੀਕਲ ਨਾਲ ਸਾਡਾ ਕੰਮ ਹੀ ਦੇਖੋ ਇਹੀ ਹੁੰਦਾ ਨਾ ਕਿ ਡਿਸਿਪਲਿਨ ਬਣਾਈ ਰੱਖਣਾ, ਪਰ ਕਿਤੇ ਨਾ ਕਿਤੇ ਇਹ ਹੁੰਦਾ ਸ਼ਰਨ ਕਿਸੇ ਬੱਚੇ ਦੇ ਨਾ ਜੇ ਮਾਰ ਵੀ ਦਿੱਤਾ ਤਾਂ ਫਿਰ ਮੈਨੂੰ ਦੁੱਖ ਹੁੰਦਾ ਯਾਰ ਵੀ ਮੈਂ ਬੱਚੇ ਦੇ ਮਾਰਿਆ, ਘਰ ਜਾ ਕੇ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਵੀ ਅੱਜ ਯਾਰ ਆ ਬੱਚੇ ਮੈਂ ਕੁੱਟੇ ਗਏ ਮੇਰੇ ਤੋਂ ਵੀ ਯਾਰ ਕਿਤੇ ਨਾ ਕਿਤੇ ਗਲਤ ਹੋਇਆ ਨਾ, ਪਰ ਫਿਰ ਸੋਚਦੇ ਹਾਂ ਯਾਰ ਬੱਚੇ ਦੇ ਭਵਿੱਖ ਲਈ, ਉਹਦੀ ਜ਼ਿੰਦਗੀ ਸਵਾਰਨ ਲਈ ਕਰ ਰਹੇ ਹਾਂ, ਤਾਂ ਪਰਮਾਤਮਾ ਦੇਖਦਾ ਕਿ ਆਪਾਂ ਕੋਈ ਇੰਟੈਂਸ਼ਨਲੀ ਨਹੀਂ ਉਹਨਾਂ ਨੂੰ ਚੰਗਾ ਬਣਾਉਣ ਲਈ ਕੁਛ ਮਾਰ ਰਹੇ ਹਾਂ, ਤਾਂ ਜ਼ਰੂਰ ਇਹਨਾਂ ਦਾ ਭਵਿੱਖ ਵੀ ਸਵਰੂਗਾ ਤੇ ਸਾਡਾ ਮਾਰਿਆ ਵੀ ਇਹਨਾਂ ਦੇ ਕੰਮ ਆਊਗਾ। ਕੁੱਟ ਜ਼ਰੂਰੀ ਆ ਜਵਾਕ ਨੂੰ ਪੈਣੀ ਜੀ, ਜ਼ਰੂਰੀ ਹੈ, ਮਤਲਬ ਗਲਤੀਆਂ ਕਰਦੇ ਹਾਂ ਜ਼ਰੂਰੀ ਆ ਜੀ, ਮਾਪਿਆਂ ਨੂੰ ਵਿੱਚ ਆਉਣਾ ਨਹੀਂ ਚਾਹੀਦਾ, ਉਹਨਾਂ ਨੂੰ ਕਹਿਣਾ ਚਾਹੀਦਾ ਵੀ ਬੱਚਾ ਸੋਡਾ, ਬਿਲਕੁਲ ਬਿਲਕੁਲ, ਜਿੱਦਾਂ ਕੁਛ ਮਰਜ਼ੀ ਕਰੋ ਪਰ ਉਹਨੂੰ ਚੰਗੀ ਲਾਈਨ ਤੇ ਪਾਊ। ਉਹ ਕਹਿੰਦੇ ਨੇ ਹੁੰਦੇ ਉਹ ਪੁਰਾਣੀ ਕਹਾਵਤ ਹੈ ਵੀ ਬੱਚਾ ਤੇ ਉਹ ਕਹਿੰਦੇ ਵੀ ਦੇਖੋ ਰੁਪਏ ਨੂੰ ਚੰਗੀ ਤਰ੍ਹਾਂ ਆਪਾਂ ਚੰਡ ਦੇ ਆ ਉਨੇ ਹੀ ਵਧੀਆ ਤਿੱਖਾ ਨਿਕਲਦਾ। ਉਹ ਕਹਿੰਦੇ ਹੁੰਦੇ ਨੇ ਜੀ ਖੁਰਪਾ ਤੇ ਜਨਾਨੀ ਨੂੰ ਜਿੰਨਾ ਚੰਡ ਕੇ ਰੱਖਾਂਗੇ ਉਹਨਾਂ ਕੰਮ, ਇਹ ਤੁਸੀਂ ਐਡ ਕਰ ਲਈ ਨਵੀਂ ਕਹਾਵਤ ਭਾਈ, ਸ਼ਰਨ ਦੀ ਲਾ ਲੈਂਦੇ ਆਪਾਂ। ਠੀਕ ਨਹੀਂ, ਮੈਂ ਇਦਾਂ ਹੀ ਸੁਣੀ ਹੈ ਜੀ। ਠੀਕ ਹੈ ਜੀ, ਠੀਕ ਹੈ। ਤੇ ਇੱਕ ਤੁਹਾਡੀ ਇੱਕ ਹੋਰ ਗੱਲਬਾਤ ਸੁਣੀ ਹੈ ਤੁਸੀਂ ਜੀ, ਮਤਲਬ ਤੁਹਾਨੂੰ ਪੰਜਾਬੀ ਨਹੀਂ ਬਿਲਕੁਲ ਆਉਂਦੀ ਸੀ, ਉਹ ਦੱਸੋ ਜੀ ਉਹ ਕਿੱਦਾਂ ਕਿੱਦਾਂ ਤੁਸੀਂ ਪੰਜਾਬੀ ਸਿੱਖੀ, ਕਿੱਦਾਂ ਤੁਹਾਨੂੰ ਅਵਾਰਡ ਮਿਲਿਆ ਪੰਜਾਬੀ ਦਾ ਜੀ? ਹਾਂਜੀ, ਉਹ ਸ਼ਰਮ ਨਾ ਬੜਾ ਉਹ ਵੀ ਨਾ ਕਹਿੰਦੇ ਦਿਲਚਸਪ ਕਿੱਸਾ ਮੇਰੀ ਜ਼ਿੰਦਗੀ ਦਾ। ਹਾਂਜੀ, ਮੈਂ ਨਾ ਆਰਮੀ ਸਕੂਲ ਦਾ ਪੜ੍ਹਿਆ ਹੋਇਆ ਵਿਦਿਆਰਥੀ ਹਾਂ। ਹਾਂਜੀ, ਕਿਉਂਕਿ ਮੇਰੇ ਫਾਦਰ ਆਰਮੀ ਸੀ। ਹਾਂਜੀ, ਆਰਮੀ ਚ ਹੋਣ ਕਰਕੇ ਤੇ ਜਦੋਂ ਵੀ ਜਿੱਥੇ ਵੀ ਉਹਨਾਂ ਦੀ ਪੋਸਟਿੰਗ ਹੁੰਦੀ ਸੀ ਭਾਵੇਂ ਉਹ ਅੰਬਾਲਾ ਹੈਦਰਾਬਾਦ ਤੇ ਵੱਖ ਵੱਖ ਥਾਵਾਂ ਤੇ ਅਸੀਂ ਨਾਲ ਹੀ ਰਹਿੰਦੇ ਸੀ, ਤੇ ਮੈਂ ਖੁਦ ਵੀ ਫਿਰ ਆਰਮੀ ਸਕੂਲ ਚ ਪੜ੍ਹਿਆ ਤੇ ਉੱਥੇ ਪਤਾ ਕਿ ਉੱਥੇ ਇੰਗਲਿਸ਼ ਮੀਡੀਅਮ ਹੀ ਹੁੰਦਾ, ਇੰਗਲਿਸ਼ ਮੀਡੀਅਮ ਚ ਪੜ੍ਹਦਾ ਰਿਹਾ ਨਾ। ਹਾਂਜੀ, ਤੇ ਪੰਜਾਬ ਤੋਂ ਬਾਹਰ ਰਹੇ, ਸਾਰੀ ਸਰਵਿਸ ਪਾਪਾ ਦੀ ਪੰਜਾਬ ਤੋਂ ਬਾਹਰ ਰਹੀ ਹੈ, ਇਸ ਕਰਕੇ ਪੰਜਾਬੀ ਤਾਂ ਸਿਰਫ ਬੋਲ ਤਾਂ ਲੈਂਦੇ ਸੀ, ਪਰਿਵਾਰ ਚ ਬੋਲੀ ਜਾਂਦੀ ਸੀ ਪੰਜਾਬੀ ਆਪਣੇ, ਪਰ ਕਿਤੇ ਲਿਖ ਕੇ ਨਹੀਂ ਦੇਖੀ ਸੀ। ਮਤਲਬ ਮੈਂ 7ਵੀਂ ਕਲਾਸ ਚ ਹੋ ਗਿਆ ਜਦੋਂ ਪੰਜਾਬ ਚ ਵਾਪਸ ਆਏ, ਤਾਂ ਉੱਥੇ ਜਾ ਕੇ ਮੈਨੂੰ ਪੰਜਾਬੀ ਸਕੂਲ ਚ ਲਗਾਤਾ, ਮੇਰੇ ਲਈ ਬੜਾ ਵੱਡਾ ਚੈਲੰਜ ਕਿ ਮੈਨੂੰ ਤਾਂ ਉਰਾਡਾ ਵੀ ਨਹੀਂ ਆਉਂਦਾ ਹੈਗਾ ਤੇ ਮੈਂ ਦੁਨੀਆ ਪਲਟ ਗਈ ਤੁਹਾਡੇ ਬਾਰੇ ਹੋ ਗਿਆ, ਤੇ ਡੈਡੀ ਕਹਿੰਦੇ ਵੀ ਤੈਨੂੰ ਸਕੂਲ ਚ ਲਾਉਣਾ, ਮੈਂ ਕਿਹਾ ਵੀ ਲਾ ਤਾਂ ਦੋ, ਮੈਨੂੰ ਤਾਂ ਪੰਜਾਬੀ ਆਉਂਦੀ ਨਹੀਂ, ਮੈਨੂੰ ਤਾਂ ਉਹ ਸਕੂਲ ਚ ਆਉਂਦੇ ਉੱਥੇ ਇੰਗਲਿਸ਼ ਹੋਵੇ ਇਕੱਲੀ, ਕਹਿੰਦੇ ਭਾਈ ਪੰਜਾਬ ਚ ਤਾਂ ਇੱਕ ਸਬਜੈਕਟ ਦਾ ਪੰਜਾਬੀ ਪੜ੍ਹਨਾ ਪਊ। ਹਾਂਜੀ, ਤੇ ਚਲੋ ਜਿਵੇਂ ਕਿਵੇਂ ਕਰਕੇ ਨਾ, ਫਿਰ ਡੈਡੀ ਹੁਣ ਵੀ ਇੰਨੇ ਬਿਜੀ ਹੁੰਦੇ ਸੀ, ਉਹਨਾਂ ਕੋਲ ਪੜ੍ਹਾਉਣ ਦਾ ਟਾਈਮ ਨਹੀਂ ਸੀ, ਨਾ ਮੇਰੀ ਕੋਈ ਟਿਊਸ਼ਨ ਰਖਾਈ, ਥੋੜੇ ਜਿਹਾ ਨਾ ਡਿਸਿਪਲਿਨ ਪੱਖੋਂ ਡੈਡੀ ਮੇਰੇ ਕਾਫੀ ਉਹ ਸੀ, ਕਹਿੰਦੇ ਤੂੰ ਖੁਦ ਕਰਨਾ ਜਿਵੇਂ ਮਰਜ਼ੀ ਕਰ, ਤੇ ਮੈਂ ਖੁਦ ਨਾ ਆਪ ਹੀ ਕੈਦਾ ਲੈ ਕੇ ਫਿਰ ਉੜੇ ਆੜੇ ਵਾਲਾ ਆਪ ਹੀ ਪੜ੍ਹਨਾ, ਠੀਕ ਹੈ, ਉਹ ਉੜਾ ਉਹ
ਤੇ ਮੇਰੀ ਨਾ ਇੰਗਲਿਸ਼ ਦੀ ਲਿਖਾਈ ਖੈਰ ਬਹੁਤ ਵਧੀਆ ਸੀ ਹਾਂਜੀ ਤੇ ਹੁਣ ਸਮੱਸਿਆ ਉੱਥੇ ਆ ਗਈ ਪੰਜਾਬੀ ਮੇਰੀ ਬਹੁਤ ਗੰਦੀ ਲਿਖਾਈ ਹਾਂਜੀ ਸ਼ਰਨ ਇਹ ਦੌਰ ਨਾ ਚੱਲਦਾ ਰਿਹਾ ਹਾਂਜੀ ਮੈਂ ਲਿਖਾਈ ਸੁਧਾਰੀ ਨਹੀਂ जो प्लस टू पास आउट करके अपना इंग्लिश मीडियम दुबारा फिर रख लिया अपनी चल पी बी कॉम उधर चलता रहा जो ना असल च मेनू सट कदों बजी जो ना मैं प्राइमरी डिपार्टमेंट च 2006 च 21 साल दी उम्र च जाके टीचर लग गया हुण टीचर तो हर कोई एक्सपेक्ट करदा ना वी इहदी लिखाई बहुत सोहणी होऊ हां जी हां ते प्राइमरी स्कूल च खास करके क्योंकि उत्थे बच्चे नूं सिखाउणा ही उड़ाड़ा हुंदा हां जी ते मेरा ना पहले ही अखर हां जी मैं ना शरण पहले दिन पहले अखर पाके भेजता उड़ा अच्छा जी ओ उड़ दा ना असल च मुंह विचों जोड़ना हुंदा सेंटर वाइज लाइन आ जिहड़ी जोड़नी हुंदी आ नाल ते मैं जोड़ी ना मैं तो ओवें जिवें ओवां ते तिया जिहा पाके उड़ा बणा के भेजता हां जी ते बच्चां दे मापे मेरे कोल आए हां जी कहिंदे जी उड़ा साडे वर्गे ही पाउणे तुसीं मतलब बड़ा महसूस जिहा होया वी यार वी मैं तां टीचर आ ना वी इक अनपढ़ बंदा आ के मैनूं कहे उड़ा दा मेरे वर्गे ही पाउणे तुसीं बड़ा ना सट वजी यार मन ते वी तां बड़ा कम गलत हो गया फिर मैं कोशिश की लिखाई सुधारनी है फिर भी शरण पता ना लगे राह ना मिले कोई भी किवें लिखाई सुधारी जाऊ ना अपने आप किताबां तो देख के उड़े का मुंह बंद कर लिया उड़े का मुंह तो बंद हो गया फिर आड़े की बारी आ गई आड़े की कुंडिया मुड़ी जाया करिए फिर देख देख के मापे क्या करना वह फिर एक दिन माँ बाप कहते ना जी तुम ए कराया करो सानू ना लिख के ना दया करो कम भी असं सू दस दया करो भी कि अखर पवाने असं पवा लिया करा फिर शरण मैनू मतलब सीधी सच्चे मुचे सट बजे हाँ जी फिर ना साढ़े स्कूल च ये काम नू भी घटो घट 8-10 साल निकल गए सी इदां करदे जांदे ते साढ़े स्कूल दे विच ना टीचर्स दे मुकाबले हुंदे ने सुंदर लिखाई दे हां जी ते ब्लाक दे सुंदर लिखाई दे मुकाबले शुरू हो गए हां जी ते उहदे विच मेरे नाल दा अध्यापक कहिंदा वी मैं भाग लैणा है हां जी मैनूं कहिंदा तूं वी लै लै भाग मैं कहिंदा मैं भाग की लैणा यार मेरी तां लिखाई बड़ी गंदी है हां जी उह कहिंदा ना वी इक हुणी हुणी वी मोगे तों ने गुरप्रीत सिंह जी वी उहनां दी वीडियो आई यार वी उह अखर सिखाउंदे ने सुंदर लिखाई सिखा रहे ने ते मैं कहा भी क्यों ना उन्हें ज्वाइन किया जाए ते मैं उन्हें फोन ते ज्वाइन किया है ना गलबात की तो उन्होंने मैं अखर की बरीकी सिखाई भी बनावट भी असल च कितनी डिग्री जाके अखर कितों मुड़ता है वो मैं कहना अपने अज भी किसी हजे नॉलेज नहीं है बारे कि अखर असल च पेंदे किवें ने फिर शरण मैं वो लिखाई सीखी मैनू यकीन मन्नियो रातां नू जाग जाग के भी पाँह पाँह पेज मैं रातां नू लिखी जाया करने लिखी जाया करने ते 15 दिन मुकाबले च रहिंदे सी ओह 15 दिनां दे विच मतलब इन्ना क जनून दे नाल मैं लिखिया ना ते जदों लास्ट दिन मुकाबला सी साडे अध्यापकां दा मुकाबला बच्चां दा नहीं अध्यापकां दा मुकाबला सी पूरे ब्लाक दे दा ते चंगे चंगे सुंदर लिखाई वाले अध्यापक ते शरण साडा मुकाबला शुरू हो गया ओह शुरू मुकाबला हजे चल ही रहा सी लिख रहे सी पेज असीं ते उत्थे सानूं आके कहिंदे ने कि इत्थे जी पोजीशन बस इक्को ही कढ़ी जाऊगी पर मैं चलो ओही स्पीड च अपना सारा जिहड़ा लिखाई पूरी कीती जदों स्टेज तो अनाउंस कीता ना नाम भी जिहड़ा फर्स्ट आया है वह हरमीत सिंह है भाई ईटीटी प्राइमरी टीचर कोलेवाल स्कूल का सची मुची शरण फिर उस दिन लग्या यार भी अज अध्यापक बने भी अज टीचर बने हाँ जी फिर ना उस दिन तो मैं प्रण कर लिया कि जो संघर्ष जिंदगी का मैं करया हाँ जी जो अखर की बनावट मैनू नहीं ना पता लगी हाँ जी मेरे बच्चों नहीं वह घाट मैं महसूस हो दूंगा फिर मैं प्राइमरी स्कूल च बड़े बरीकी बच्चों उन्होंने लिखाई सिखाई ते मेरे सिखाए हुए जवाक फिर ब्लाक लैवल से जिला लैवल से पोजिशना लेके आए ने इस चौदह स्कूल च आके भी मैं बच्चों फिर हूँ शरण यकीन मनो जिस दिन मैं जॉब च आया ना कि गर्मी की छुट्टियां कितने सर्दी की छुट्टियां मैं कितने घर नहीं बैठा मैं उन्होंने कैंप चलते होंगे ने मेरे सुंदर लिखाई के कैंप खेडा के कैंप या वक्खो वक्खरे होर बच्चों फन कराने वाले कैंप चलते हैं तो मैं हूँ इतने चाहते भी कई साल हो गए 19 तो आया हाँ 4 साल हो गए तो 4 साल तो लगातार सर्दियों के छोटे साहबजाद की शहादत को समर्पित सुंदर लिखाई कैंप लाना तो बच्चों ने लिखाई सीख के ना जादू करते हैं शरण मैं थोड़ा दिखाऊंगा हूँ ही मेरे चार्ट देखे बने हुए तो ਤੁਸੀਂ ਕਹੋਗੇ ਕਿ ਕੰਪਿਊਟਰ ਨਾਲ ਬੱਚਿਆਂ ਨੇ ਲਿਖੇ ਹੋਏ ਨੇ ਅੱਛਾ ਜੀ ਹਾਂ ਤੇ ਬੜੇ ਮਤਲਬ ਕਮਾਲ ਦੀ ਬੱਚਿਆਂ ਨੇ ਲਿਖਾਈ ਸਿੱਖ ਲਈ ਤੇ ਹੁਣ ਖੁਸ਼ੀ ਹੁੰਦੀ ਹੈ ਯਾਰ ਵੀ ਜੋ ਕਮੀ ਮੇਰੇ 'ਚ ਰਹੀ ਸੀ ਉਹ ਮੇਰੇ ਬੱਚਿਆਂ 'ਚ ਨਹੀਂ ਹੁਣ ਹੈਗੀ ਹੁਣ ਮੇਰੇ ਬੱਚੇ ਬਹੁਤ ਸੋਹਣਾ ਲਿਖ ਰਹੇ ਨੇ ਤੇ ਜੋ ਵੀ ਬੱਚੇ ਕੈਂਪ 'ਚ ਆਉਂਦੇ ਨੇ ਤਾਂ ਉਹ ਆਪਣੀ ਮੋਤੀਆਂ ਵਰਗੀ ਲਿਖਾਈ ਜਿਹੜੀ ਕਰਕੇ ਜਾਂਦੇ ਨੇ ਹੁਣ
ਕੋਈ ਨਾ ਆਪਾਂ ਦਰਸ਼ਕਾਂ ਨੂੰ ਵੀ ਦਿਖਾਵਾਂਗੇ ਜੀ ਉਹ ਹਾਂਜੀ ਵੀਡੀਓ ਵਿੱਚ ਪਾ ਦਾਂਗੇ ਜੀ ਜਰੂਰ ਜੀ ਜਰੂਰ ਬਿਲਕੁਲ ਬਿਲਕੁਲ ਕਰਾਂਗੇ ਸ਼ਰਨ ਆਪਾਂ ਤੇ ਆਪਾਂ ਜੀ ਹੁਣ ਤੱਕ ਨਹੀਂ ਜੀ बड़े मैडल प्राप्त किए ने सेकेंडरी स्कूल की गल करा 2019 च मैं इत्थे आया सी वी च मेरा पहला साल सी पहले साल बच्चे मेरे स्टेट लैवल तक गए सी इक्की बाई फिर वह परमात्मा का कहिंदे ने कहर आ गया सी कोरोना काल ने जिहड़ा खेडां ही बंद करतीआं दो साल खेडां ही बंद रहीआं ਤੇ ਉਹ ਜਾਂ ਮੇਰੀ ਮਾੜੀ ਕਿਸਮਤ ਲਾ ਲਓ ਜਾਂ ਬੱਚਿਆਂ ਦੀ ਕਿਸਮਤ ਮਾੜੀ ਲਾ ਲਓ ਨਾ ਕਿ ਉਹ 2 ਸਾਲ ਇਹੋ ਜਿਹਾ ਬ੍ਰੇਕ ਪਿਆ ਜਿਹੜੇ ਮੇਰੇ 20 ਚ ਤਿਆਰ ਕੀਤੇ ਹੋਏ ਬੱਚੇ ਵੀ ਸੀ ਉਹ ਵੀ ਕਿਤੇ ਨਾ ਕਿਤੇ ਫਿਰ ਉਸ ਸਿਚੁਏਸ਼ਨ ਚ ਆ ਗਏ ਜਾਂ ਬਹੁਤੇ ਬੱਚੇ ਸਕੂਲ ਤੋਂ ਪਾਸ ਆਊਟ ਹੋ ਗਏ ਉਹ ਅਕਸਰ ਨਾ ਜਦੋਂ ਹੁਣ ਗਰਾਊਂਡ ਚ ਖੜਾ ਰਹੇ ਹੁੰਦੇ ਆ ਬੱਚਿਆਂ ਨੂੰ ਕਹਿੰਦੇ ਨੇ ਸਰ ਤੁਸੀਂ ਸਾਡੇ ਨਾਲ ਧੋਖਾ ਕੀਤਾ ਜੀ ਤੁਸੀਂ ਸਾਨੂੰ ਤਾਂ ਕਿਤੇ ਖੜਾਇਆ ਨਹੀਂ ਮੈਂ ਕਿਹਾ ਬੇਟਾ ਧੋਖਾ ਮੈਂ ਨਹੀਂ ਕੀਤਾ ਤੁਸੀਂ ਉਹ ਪਰਮਾਤਮਾ ਨੂੰ ਕਹਿ ਸਕਦੇ ਹੋ ਜਦੋਂ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਸੀ ਕਿ ਉੱਥੇ ਤਾਂ ਬੰਦੇ ਨੂੰ ਬੰਦਾ ਮਿਲ ਕੇ ਰਾਜੀ ਨਹੀਂ ਸੀ ਕੋਈ ਹਨਾ ਬਿਮਾਰੀ ਉਹ ਇਹੋ ਜਿਹੀ ਭਿਆਨਕ ਆ ਗਈ ਸੀ ਤੇ 2 ਸਾਲ ਖੇਡੇ ਨਹੀਂ ਹੋਈਆਂ ਖੇਡੇ ਹੀ ਬੰਦ ਰਹੀਆਂ ਨੇ ਤੇ ਹੁਣ ਸ਼ਰਨ ਜੀ ਨਾ ਹੁਣ ਆਪਾਂ ਜਦੋਂ ਦੁਬਾਰਾ ਸਭ ਕੁਝ ਸਮੂਥਲੀ ਚੱਲ ਪਿਆ ਤੇ ਹੁਣ ਆਪਣੇ ਬੱਚੇ ਸਟੇਟ ਪੱਧਰ ਤੱਕ ਇੰਨੇ ਕੁ ਮੱਲਾ ਮਾਰ ਚੁੱਕੇ ਨੇ ਕਿੰਨੇ ਕੁ ਬ੍ਰੌਂਜ਼ ਮੈਡਲ ਬੱਚੇ ਲੈ ਆਏ ਹਨਾ ਤੇ ਨੈਸ਼ਨਲ ਪੱਧਰ ਤੇ ਬੱਚਿਆਂ ਦੀ ਕਿੰਨੇ ਦੀ ਸਿਲੈਕਸ਼ਨ ਹੋ ਗਈ ਤੇ ਹੁਣ ਇਸ ਸਾਲ ਦੀ ਗੱਲ ਕਰਾਂ ਮੈਂ ਤੇ ਆਪਣੇ ਨਾ 210 ਬੱਚੇ ਨੇ ਸਕੂਲ ਚ ਤੇ 100 ਤੋਂ ਉੱਪਰ ਬੱਚਾ ਜਿਹੜਾ ਆਪਣਾ ਸਟੇਟ ਖੇਡਿਆ ਖੇਡਾਂ ਵਤਨ ਪੰਜਾਬ ਦੇ ਵਿੱਚ ਲਗਾ ਲਓ ਜਾਂ ਸਕੂਲੀ ਖੇਡਾਂ ਦੇ ਵਿੱਚ ਲਗਾ ਲਓ ਤੇ ਹੁਣ ਆਪਣੇ ਹੁਣੀ ਨਾ ਹਲੇ ਤਾਜੀ ਤਾਜੀ ਖੁਸ਼ੀ ਵੀ ਮਿਲੀ ਆ ਆਪਾਂ ਨੂੰ ਕਿ ਅੰਡਰ 14 ਗਰੁੱਪ ਦੇ ਵਿੱਚ 2 ਲੜਕੀਆਂ ਆਪਣੀਆਂ ਨੈਸ਼ਨਲ ਗੇਮਸ ਦੇ ਲਈ ਸਿਲੈਕਟ ਹੋਈਆਂ ਨੇ ਤੇ ਆ ਹੁਣੀ ਪੰਜ ਜਿਹੜੇ ਮੁੰਡੇ ਨੇ ਆਪਣੇ ਉਹ ਨੈਸ਼ਨਲ ਕੈਂਪ ਦੇ ਲਈ ਸਿਲੈਕਟ ਹੋਏ ਨੇ ਤੇ ਹਲੇ ਤਾਂ ਮਤਲਬ ਨਾ ਸ਼ਰਨ ਸ਼ੁਰੂਆਤਾਂ ਨੇ ਹਲੇ ਸ਼ੁਰੂਆਤਾਂ ਨੇ ਅੱਗੇ ਹੌਲੀ ਹੌਲੀ ਪਰਮਾਤਮਾ ਨੇ ਉਸ ਲੈਵਲ ਤੱਕ ਲੈ ਜਾਣਾ ਹੈ ਕਿ ਮੈਡਲ ਗਣਾਉਣ ਲੱਗੇ ਭੁੱਲ ਜਾ ਕਰੋ ਹੁਣ ਤਾਂ ਉਂਗਲਾਂ ਤੇ ਗਿਣਦੇ ਆ ਪਰ ਉਂਗਲਾਂ ਤੇ ਗਿਣੇ ਨਹੀਂ ਜਾਇਆ ਕਰਨੇ ਤੇ ਉਹ ਸਮਾਂ ਜਲਦੀ ਆਉਣ ਵਾਲਾ ਹੈ ਕਿਉਂਕਿ ਨਾ ਸਿਆਣੇ ਕਹਿੰਦੇ ਹੁੰਦੇ ਨੇ ਕਿ ਜੇਕਰ ਆਪਾਂ ਕਿਸੇ ਕੰਮ ਨੂੰ ਨਾ ਮਿਹਨਤ ਸ਼ੁਰੂ ਕਰ ਦਿੰਨੇ ਆ ਤਾਂ ਘੱਟੋ ਘੱਟ 3 ਸਾਲ ਚਾਹੀਦੇ ਹੁੰਦੇ ਨੇ ਉਸ ਮਿਹਨਤ ਨੂੰ ਲਗਾਤਾਰ ਕੰਟੀਨਿਊਸਲੀ ਜੇਕਰ ਆਪਾਂ ਕਰਦੇ ਆ ਕੰਸਿਸਟੈਂਟਲੀ ਕਰਦੇ ਆ ਤੇ ਉਹ 3 ਸਾਲਾਂ ਬਾਅਦ ਆਪਾਂ ਨੂੰ ਰਿਜ਼ਲਟ ਮਿਲਣ ਲੱਗਦਾ ਹੈ ਸਹੀ ਗੱਲ ਭਾਵੇਂ ਉਹ ਇਕੱਲਾ ਸਪੋਰਟਸ ਖੇਤਰ ਨਹੀਂ ਭਾਵੇਂ ਉਹ ਕੋਈ ਵੀ ਕੰਮ ਹੈ ਭਾਵੇਂ ਉਹ ਤੁਹਾਡਾ ਕੰਮ ਹੈ ਜਾਂ ਕੋਈ ਹੋਰ ਕੰਮ ਹੈ ਜਿਸ ਦਿਨ 3 ਸਾਲ ਪੂਰੇ ਹੋ ਗਏ ਤੁਸੀਂ ਕਹਿ ਸਕਦੇ ਹੋ ਕਿ ਹਾਂ ਅਸੀਂ ਆਪਦੇ ਕੰਮ 'ਚ ਪਰਫੈਕਟ ਆ ਅਸੀਂ ਆਪਦੇ ਕੰਮ 'ਚ ਹੁਣ ਮਾਰ ਨਹੀਂ ਖਾਂਦੇ ਹੁਣ ਅਸੀਂ ਤਰੱਕੀਆਂ ਦੇ ਰਾਹਾਂ ਤੇ ਸ਼ੁਰੂ ਹੋ ਗਏ ਆ ਤੇ 2 ਸਾਲ ਹੋ ਗਏ ਸ਼ਰਨ ਹੁਣ 1 ਸਾਲ ਦੀ ਵੇਟ ਆ ਮੈਨੂੰ ਕਿ ਕਦੋਂ ਮੈਂ ਕਹਿ ਸਕਾਂ ਕਿ ਹਾਂ ਯਾਰ ਵੀ ਹੁਣ ਸਾਡੇ ਬੱਚੇ ਮਾਰ ਨਹੀਂ ਖਾਂਦੇ ਹੁਣ ਅਸੀਂ ਕਾਮਯਾਬ ਆ ਆਓ ਅੱਜ ਕੱਲ ਦੇ ਬੱਚੇ ਹੀ ਸ਼ਾਰਟਕਟ ਰਸਤਾ ਜ਼ਿਆਦਾ ਅਪਣਾਉਣ ਨੂੰ ਫਿਰਦੇ ਨੇ ਦੇਖਦੀ ਰਹਿਣਾ ਵੀ ਹਰੇਕ ਕਹਿੰਦਾ ਮੈਂ ਸੀ 3 ਮੰਜ਼ਲ ਤੇ ਪਹੁੰਚਾ ਸੀ 3 ਮੰਜ਼ਲ ਤੇ ਪਹੁੰਚਾ ਆਪਣਾ ਅਕਸਰ ਹੀ ਸਰ ਜੀ ਤੁਸੀਂ ਕੈਨੇਡਾ ਵੀ ਗਏ ਸੀ ਉੱਥੇ ਕਦੋਂ ਨਹੀਂ ਰਹੇ ਹਾਂ ਸਰ ਤੇ ਵੀ ਫਿਰ ਕੈਨੇਡਾ ਵੀ ਗਿਆ ਤੇ ਉੱਥੇ ਕਦੋਂ ਨਹੀਂ ਰਹੇ ਫਿਰ ਜੀ ਕੈਨੇਡਾ ਨਾ ਮੇਰਾ ਅੱਜ ਵੀ ਵੀਜ਼ਾ ਲੱਗਿਆ ਹੋਇਆ ਮੇਰੀ ਸਾਰੀ ਫੈਮਿਲੀ ਦਾ ਵੀਜ਼ਾ ਲੱਗਿਆ ਹੋਇਆ ਅੱਛਾ ਜੀ ਬੜੇ ਵਧੀਆ ਨਾ ਸਾਡੀ ਸਾਰੀ ਫੈਮਿਲੀ ਬਾਹਰ ਸੈਟਲਮੈਂਟ ਹੈ ਮੇਰੇ ਬ੍ਰਦਰ ਉੱਥੇ ਐਡਵੋਕੇਟ ਨੇ ਤੇ ਬਾਕੀ ਪ੍ਰਾਪਰਟੀ ਦਾ ਕੰਮ ਵੀ ਕਰਦੇ ਨੇ ਠੀਕ ਹੈ ਤੇ ਕਿਸੇ ਨੂੰ ਘਰ ਲੈਣਾ ਹੈ ਘਰ ਖਰੀਦਣਾ ਹੈ ਭਾਈ ਕਿਸੇ ਨੇ ਠੀਕ ਹੈ ਘਰ ਦੇ ਲੋਨ ਕਰਵਾਉਣੇ ਨੇ ਹਰ ਤਰ੍ਹਾਂ ਦਾ ਮਤਲਬ ਬੜੀ ਸੈਟਲਮੈਂਟ ਹੈ ਠੀਕ ਹੈ ਹੇਠਾਂ ਹੁਣ ਤਾਂ ਮੁੰਡੇ ਵੀ ਰੱਖੇ ਹੋਏ ਨੇ ਕਾਫੀ ਉਹਨੇ ਹੇਠਾਂ ਨਾ ਬੜਾ ਵਧੀਆ ਕੰਮ ਹੈ ਜਦੋਂ ਮੈਂ ਨਾ ਐਕਚੁਅਲੀ ਗਿਆ ਮੈਂ ਇਸ ਕਰਕੇ ਸੀ ਯਾਰ ਵੀ ਆਪਣੀ ਨੌਜਵਾਨ ਪੀੜ੍ਹੀ ਵੀ ਇੰਨੀ ਜਾ ਰਹੀ ਹੈ ਕੁਛ ਤਾਂ ਖਾਸ ਹੋਊਗਾ ਨਾ ਵੀ ਕਿਉਂ ਨਾ ਯਾਰ ਦੇਖ ਕੇ ਆਈਏ ਹਾਂਜੀ ਪਹਿਲਾਂ ਜਦੋਂ ਸ਼ਰਨ ਮੈਂ ਗਿਆ ਹਾਂਜੀ ਉੱਥੇ ਪਹਿਲਾਂ ਤਾਂ ਬਹੁਤ ਵਧੀਆ ਮਾਹੌਲ ਲੱਗਿਆ ਨਾ ਕਿਉਂਕਿ ਯਾਰ ਉਹ ਦੇਸ਼ ਨਾ ਬਹੁਤ ਜਿਵੇਂ ਆਪਾਂ ਕਹਿੰਦੇ ਧਰਤੀ ਤੇ ਸਵਰਗ ਨੇ ਘੁੰਮਣ ਵਾਲੇ ਦੇਸ਼ ਨੇ ਬਹੁਤ ਵਧੀਆ ਬਹੁਤ ਇਨਵਾਇਰਮੈਂਟ ਆ ਜਿਹੜਾ ਜਿਵੇਂ ਆਪਣੇ ਤਾਂ ਇੱਥੇ ਮਿੱਟੀ ਘੱਟਾ ਧੂੰਆਂ ਉੜਦਾ ਫਿਰਦਾ ਹੈ ਉੱਥੇ ਤਾਂ ਨਾ ਮਤਲਬ ਤੇਜ਼ ਹਨੇਰੀ ਵੀ ਆ ਜੇ ਜੇ ਅੱਖਾਂ ਖੋਲ ਕੇ ਖੜ ਜਾਵੋ ਉਹਦੇ ਅੱਖ 'ਚ ਕੋਈ ਕੰਨ ਨਹੀਂ ਪੈਂਦਾ ਮਿੱਟੀ ਦਾ ਬੜੇ ਸੋਹਣੇ ਦੇਸ਼ ਨੇ ਯਾਰ ਬੜਾ ਸਾਫ਼ ਸੁਥਰਾ ਦੇਸ਼ ਨੇ ਤੇ ਮਨ ਵੀ ਲੱਗਦਾ ਹੈ ਦਿਲ ਵੀ ਲੱਗਦਾ ਹੈ ਪਰ ਜਦੋਂ ਦਿਲ ਟੁੱਟਦਾ ਹੈ ਟੁੱਟਦਾ ਕਦੋਂ ਹੈ ਜਦੋਂ ਨਾ ਆਪਣੇ ਬੱਚਿਆਂ ਨੂੰ ਕੰਮ ਕਰਦੇ ਦੇਖਦੇ ਆ ਰੈਸਟੋਰੈਂਟਾਂ ਦੇ ਇੱਥੇ ਕਹਿੰਦੇ ਨਾ ਬੱਚੇ ਸਾਡੀ ਤਾਂ ਜੀ ਗੁੜੀਆ ਗਈ ਹੋਈ ਆ ਬਾਹਰ ਬਹੁਤ ਸੈਟਲਮੈਂਟ ਹੈ ਜੀ ਉਹ ਤਾਂ ਜੀ ਪੀਜ਼ਾ ਹੱਟ 'ਚ ਲੱਗੀ ਹੋਈ ਹੈ ਜੀ ਉਹ ਤਾਂ ਚੰਗੇ ਰੈਸਟੋਰੈਂਟ 'ਚ ਲੱਗੀ ਹੋਈ ਹੈ ਉੱਥੇ ਨਾ ਸ਼ਰਨ ਛੋਟੇ ਛੋਟੇ ਨਾ ਮੈਂ ਰੈਸਟੋਰੈਂਟ 'ਚ ਦੇਖੇ ਜਿਵੇਂ ਆਪਣੇ ਆਪਾਂ ਢਾਬੇ ਕਹਿ ਦਿੰਦੇ ਆ ਉਸ ਤਰ੍ਹਾਂ ਆਪਣੇ ਪੰਜਾਬੀਆਂ ਦੇ ਬਣਾਏ ਹੋਏ ਨੇ ਉੱਥੇ ਯਾਰ ਬੇਟੀਆਂ ਬੇਟੇ ਨਾ ਕੰਮ ਕਰ ਰਹੇ ਨੇ ਭਾਂਡੇ ਚੱਕਦੇ ਫਿਰਦੇ ਨੇ ਕੋਈ ਭਾਂਡੇ ਧੋ ਰਹੇ ਹੈ ਇਸ ਤਰ੍ਹਾਂ ਲੱਗੇ ਪਏ ਨੇ ਤੇ ਫਿਰ ਉਹਨਾਂ ਨੂੰ ਦੇਖ ਕੇ ਨਾ ਮੈਂ ਬ੍ਰਦਰ ਨੂੰ ਪੁੱਛਣ ਲੱਗਿਆ ਵੀ ਯਾਰ ਇਹ ਵੀ ਕਿਵੇਂ ਵੀ ਇੱਥੇ ਪਹੁੰਚੇ ਨੇ ਵੀ ਕੀ ਹਾਲਾਤ ਕੀ ਕਾਰਨ ਕੀ ਹੈ ਹਾਂਜੀ ਕਹਿੰਦੇ ਵੀ ਚੰਗੇ ਘਰਾਂ ਦੇ ਬੱਚੇ ਨੇ ਇਹ ਹੁਣ ਉੱਥੇ ਜਿੱਦ ਸੀ ਕਿ ਅਸੀਂ ਕੈਨੇਡਾ 'ਚ ਪਹੁੰਚਣਾ ਜੀ ਅਸੀਂ ਆਪਣੇ ਪੈਰਾਂ ਤੇ ਖੜਾਂਗੇ ਨਾ ਹੁਣ ਕਈ ਮਾਪੇ ਇਹੋ ਜਿਹੇ ਵੀ ਹੁੰਦੇ ਨੇ ਬੜੇ ਤੰਗੀ ਦੇ ਨਾਲ ਬੱਚਿਆਂ ਨੂੰ ਭੇਜਿਆ ਹੁੰਦਾ ਨਾ ਉਹਨਾਂ ਨੇ ਬੜੇ ਔਖੇ ਹੋ ਕੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਤੋਰਿਆ ਹੁੰਦਾ ਹੈ
ਕਈ ਤਾਂ ਆਪਣੇ ਜ਼ਮੀਨਦਾਰਾਂ ਦਾ ਇਸ ਤਰ੍ਹਾਂ ਦਾ ਹੁੰਦਾ ਨਾ ਕਿ ਜ਼ਮੀਨਾਂ ਵੇਚ ਕੇ ਵੀ ਆਪਣੇ ਬੱਚਿਆਂ ਨੂੰ ਭੇਜਿਆ ਹੋਇਆ। ਉੱਥੇ ਨਾ ਫਿਰ ਜਾ ਕੇ ਲੜਕੀਆਂ ਚਲੀਆਂ ਗਈਆਂ ਉੱਥੇ ਹਨਾ, ਤੇ ਜਾ ਕੇ ਫਿਰ ਪਤਾ ਕੀ ਫੋਨ ਕਰਦੇ ਨੇ ਵੀ ਹਾਂ ਪੁੱਤ ਫਿਰ ਹੁਣ ਰੁਪਈਏ ਡਾਲਰ ਕਦੋਂ ਕੇ ਭੇਜਣੇ ਨੇ। ਹੁਣ ਬੱਚਿਆਂ ਲਈ ਤਾਂ ਇੱਕ ਬੜਾ ਚੈਲੰਜ ਹੁੰਦਾ ਹੈ ਕਿ ਅਸੀਂ ਆਪਣੇ ਕਾਲਜ ਦੀ ਫੀਸ ਵੀ ਭਰਨੀ ਹੈ, ਅਸੀਂ ਆਪਣਾ ਜੋ ਗਰੋਸਰੀ ਲੈਣੀ ਹੈ ਨਾ, ਸਾਰਾ ਸਮਾਨ ਖਰੀਦਣਾ ਉਹਨਾਂ ਨੇ, ਉਹਦਾ ਵੀ ਕਰਨਾ। ਹਾਂਜੀ ਮਤਲਬ ਨਾ ਬੱਚੇ ਯਾਰ ਜਦੋਂ ਜਹਾਜ਼ ਚ ਬੈਠਿਆ ਜਾ ਰਿਹਾ ਸੀ ਨਾ, ਮੈਨੂੰ ਦੋ ਜਹਾਜ਼ ਚੇਂਜ ਕਰਨੇ ਪੈ ਗਏ, ਤਾਂ ਉੱਥੇ ਮੈਂ ਸੋਚ ਰਿਹਾ ਯਾਰ ਵੀ ਕਿੰਨੀ ਦੂਰ ਜਾ ਕੇ ਪੰਜਾਬੀ ਨਾਲ ਦੁਨੀਆਂ ਵਸਾਲੀ ਯਾਰ, ਇੱਥੇ ਜਾਣ ਲੱਗੇ ਵੀ ਡਰ ਲੱਗਦਾ ਵੀ ਉੱਥੇ ਇਹ ਨਵਾਂ ਦੇਸ਼ ਵਸਾਈ ਬੈਠੇ ਨੇ ਆਪਦਾ, ਉੱਥੇ ਚੰਗਾ ਭਲਾ ਹਨਾ, ਇੱਥੋਂ ਸਾਰਾ ਕੁਛ ਛੱਡ ਕੇ, ਪਰਿਵਾਰ ਛੱਡ ਕੇ, ਘਰ ਛੱਡ ਕੇ, ਜ਼ਮੀਨਾਂ ਛੱਡ ਕੇ ਉੱਥੇ ਬੱਚੇ ਬੈਠੇ ਨੇ, ਤੇ ਮੈਂ ਤਾਂ ਸ਼ਾਬਾਸ਼ ਦਿੰਦਾ ਵੈਸੇ ਤਾਂ ਬੱਚਿਆਂ ਨੂੰ ਯਾਰ ਇਹੋ ਜਿਹੀ ਮਿਹਨਤ ਕਰ ਰਹੇ ਨੇ, ਪਰ ਬਹੁਤ ਹਾਰਡ ਲਾਈਫ ਉਹਨਾਂ ਦੀ, ਬਹੁਤ ਸੰਘਰਸ਼ਮਈ ਲਾਈਫ, ਬਹੁਤ ਸਟਰਗਲ। ਇੱਥੇ ਤਾਂ ਦੇਖੋ ਸਭ ਕੁਛ ਆਪਣੇ ਕੋਲੇ, ਘਰ ਬਾਰ ਵੀ ਨੇ, ਗੱਡੀਆਂ ਵੀ ਨੇ, ਮੋਟਰਸਾਈਕਲ ਵੀ ਨੇ, ਬਸ ਕੀ ਹੈ ਇੱਕ ਨੌਕਰੀ ਨੀ ਹੈਗੀ, ਉਹ ਲੈ ਲੈਣੀ ਹੈ। ਉੱਥੇ ਬੱਚਿਆਂ ਕੋਲ ਕੁਛ ਵੀ ਨੀ, ਜ਼ੀਰੋ, ਖਾਲੀ ਹੱਥ ਨੇ ਉਹ, ਤੇ ਮਾਂ ਬਾਪ ਉਹਨਾਂ ਤੋਂ ਝਾਕ ਰੱਖ ਰਹੇ ਨੇ ਵੀ ਹਾਂਜੀ ਬੇਟਾ ਕਦੋਂ ਤੱਕ ਭੇਜੋਗੇ ਸਾਨੂੰ। ਹੁਣ ਉਹ ਬੱਚਿਆਂ ਲਈ ਫਿਰ ਬਹੁਤ ਚੈਲੰਜ ਹੈ ਨਾ, ਫਿਰ ਉਹ ਬੱਚਿਆਂ ਨੂੰ ਦਿਨ ਰਾਤ ਡਬਲ ਡਬਲ ਸ਼ਿਫਟਾਂ ਚ ਕੰਮ ਕਰ ਰਹੇ ਨੇ ਬੱਚੇ, ਤੇ ਹਾਂ ਦੋ ਟੇਚੀਆਂ ਲੈ ਕੇ ਗਏ ਨੇ ਬੱਚੇ, ਦੇਖੋ ਨਾ ਦੋ ਟੇਚੀਆਂ ਨਾਲ ਬੱਚੇ ਉਹ ਜਹਾਜ਼ ਚੜ ਕੇ ਚਲੇ ਗਏ, ਤੇ ਉਹਨਾਂ ਕੋਲ ਕੁਛ ਨੀ, ਟੇਚੀਆਂ ਦੇ ਇਕੱਲੇ ਕੱਪੜੇ ਨੇ ਨਾ, ਤੇ ਉਹ ਕੱਪੜਿਆਂ ਦੇ ਨਾਲ ਉਹਨਾਂ ਨੇ ਫਿਰ ਅੱਗੇ ਆਪਦੀ ਲਾਈਫ ਸ਼ੁਰੂ ਕਰਨੀ ਹੈ, ਸ਼ੁਰੂਆਤ ਕਰਨੀ ਹੈ ਜ਼ਿੰਦਗੀ। ਦੇਖੋ ਹੁਣ ਜ਼ਿੰਦਗੀ ਦੀ ਸ਼ੁਰੂਆਤ ਜ਼ੀਰੋ ਤੋਂ ਹੋਣੀ ਹੈ, ਤੇ ਆਪਾਂ ਬੱਚੇ ਰੱਖੇ ਹੋਣੇ ਕਿੰਨੇ ਲਾਡਲੇ, ਇੱਥੇ ਤਾਂ ਬੱਚਿਆਂ ਨੂੰ ਕੁਛ ਕਹਿਣ ਨਹੀਂ ਦਿੰਦੇ, ਆਪਾਂ ਬੱਚਿਆਂ ਨੂੰ ਚੱਕ ਕੇ ਆਹ ਕਹੀ ਚੱਕ ਕੇ ਇੱਥੇ ਇੱਧਰ ਨੂੰ ਦੇਖਣ ਦੇ ਖੇਤਾਂ ਚ ਆਪਾਂ ਨਾ ਵੀ ਪੁੱਤ ਕੰਮ ਨੀ ਕਰਨਾ, ਪੜ੍ਹ ਤੂੰ ਹਨਾ, ਹੁਣ ਪੜ੍ਹਾ ਤਾ 12 ਕਰਾ ਕੇ, ਹੁਣ ਉੱਥੇ ਜਾ ਕੇ ਕਹਿੰਦੇ ਪੁੱਤ ਕੰਮ ਕਰ, ਹੁਣ ਪੜ੍ਹਾਈ ਨੂੰ ਛੱਡ ਤੂੰ ਸਾਨੂੰ ਡਾਲਰ ਭੇਜ, ਦਿਹਾੜੀ ਕਰ ਪੁੱਤ ਤੂੰ ਹਨਾ, ਹੁਣ ਉਹ ਦਿਹਾੜੀ, ਹੁਣ ਬੱਚੇ ਦੇਖੋ ਉੱਥੇ ਦਿਹਾੜੀ ਫਿਰ ਕਰ ਵੀ ਰਹੇ ਨੇ, ਕਿਉਂਕਿ ਬੜੇ ਨਾ ਸੈਂਸਿਟਿਵ ਹੁੰਦੇ ਨੇ, ਕੁੜੀਆਂ ਜ਼ਿਆਦਾ ਸੈਂਸਿਟਿਵ ਹੁੰਦੀਆਂ ਨੇ, ਕੁੜੀਆਂ ਇਸ ਮਾਮਲੇ ਬਹੁਤ ਸੈਂਸਿਟਿਵ ਨੇ, ਜੋ ਉਹਨੂੰ ਪਤਾ ਹੁੰਦਾ ਉਹਨਾਂ ਨੂੰ ਘਰ ਦੇ ਹਾਲਾਤ ਨੇ, ਸਾਡੇ ਵੀ ਫਾਦਰ ਨੇ ਕਿੰਨੇ ਔਖੇ ਹੋ ਕੇ ਭੇਜੇ, ਫਿਰ ਉਹ ਇਹੋ ਜਿਹੇ ਹਾਲਾਤਾਂ 'ਚ ਕੰਮ ਕਰ ਰਹੇ ਨੇ ਨਾ, ਫਿਰ ਯਾਰ ਲੱਗਦਾ ਹੁੰਦਾ ਵੀ ਯਾਰ ਇੱਥੇ ਆਪਾਂ ਚੰਗੀ ਭਲੀ ਮੈਂ ਤਾਂ ਨੌਕਰੀ ਕਰ ਰਿਹਾ, ਹਾਂਜੀ, ਤੇ ਮੈਂ ਤਾਂ ਉਹ 25 ਦਿਨ ਛੁੱਟੀਆਂ 'ਚ ਲਗਾਏ ਨੇ, ਬੜਾ ਵਧੀਆ ਘੁੰਮੇ ਆ, ਬ੍ਰਦਰ ਨੂੰ ਕਿਹਾ ਵੀ ਮੈਨੂੰ ਕੈਨੇਡਾ ਦਾ ਇੱਕ ਇੱਕ ਖੂੰਜਾ ਘੁਮਾ ਦੇ, ਮੇਰੇ ਮਨ 'ਚ ਨਾ ਰਹਿ ਜੇ ਵੀ ਭਾਈ ਮੈਂ ਉਹ ਨਿਆਗਰਾ ਫਾਲ ਦੇਖਣ ਤੋਂ ਰਹਿ ਗਿਆ ਸੀ, ਮੈਨੂੰ ਫੇਰ ਆਉਣਾ ਪੈ ਜਾਵੇ ਇੱਥੇ, ਵੀ ਹੁਣ ਪਰਮਾਤਮਾ ਸੁੱਖ ਰੱਖੇ ਵੀ ਅਸੀਂ ਇੱਥੇ ਭਾਈ, ਸਾਡੀ ਤਾਂ ਆਹੀ ਕੈਨੇਡਾ, ਇੰਡੀਆ ਸਾਡਾ, ਪੰਜਾਬ ਹੀ ਕੈਨੇਡਾ ਹੈ, ਵੀ ਕਿਉਂ ਨਾ ਅਸੀਂ ਯਾਰ ਪੰਜਾਬ ਨੂੰ ਵਧੀਆ ਬਣਾਈਏ। ਹੁਣ ਮੈਂ ਬੱਚਿਆਂ ਨੂੰ ਨਾ ਇਹੀ ਗਾਈਡ ਕਰਦਾ ਹੁੰਦਾ ਯਾਰ ਵੀ ਆਪਾਂ ਜਾਵਾਂਗੇ ਆਸਟ੍ਰੇਲੀਆ ਜਾਵਾਂਗੇ ਬੇਟਾ, ਪਰ ਆਹ ਨੈੱਟਬਾਲ ਜਿਹੜੀ ਗੇਮ ਕਰਵਾ ਰਹੇ ਨਾ ਇਹ ਆਸਟ੍ਰੇਲੀਆ ਦੀ ਗੇਮ ਹੈ, ਬਹੁਤ ਵਧੀਆ ਢੰਗ ਨਾਲ ਆਪਾਂ ਜਾਵਾਂਗੇ ਆਸਟ੍ਰੇਲੀਆ 'ਚ, ਜਹਾਜ਼ 'ਚ ਬਹਿ ਕੇ ਤੁਹਾਨੂੰ ਲੈ ਕੇ ਹੀ ਜਾਊਂਗਾ, ਪਰ ਆਪਾਂ ਜਦੋਂ ਇੰਟਰਨੈਸ਼ਨਲ ਖੇਡਣ ਜਾਵਾਂਗੇ ਉਸ ਵਕਤ ਜਾਵਾਂਗੇ ਆਪਾਂ, ਫਿਰ ਉੱਥੇ ਆਪਾਂ ਲੇਬਰ ਕਰਨ ਨਹੀਂ ਜਾਣਾ, ਉਹ ਆਸਟ੍ਰੇਲੀਆ ਵਾਲੇ ਆਪਣੇ ਨਾਲ ਫੁੱਲ ਛੜਕਦੇ ਹੋਣਗੇ, ਫੁੱਲ ਛੜਦੇ ਹੋਣਗੇ ਆਪਣੇ ਤੇ ਵੀ ਹਾਂ ਯਾਰ ਪੰਜਾਬ ਤੋਂ ਇੰਡੀਆ ਤੋਂ ਆਏ ਆ, ਟੀਮ ਆਈ ਹੈ, ਉਹ ਮਾਣ ਲੈ ਕੇ ਜਾਣਾ ਆਪਾਂ, ਤੇ ਇਹੋ ਜਿਹੀ ਗੱਲ ਨਹੀਂ, ਵੈਸੇ ਆਪਣੇ ਪੰਜਾਬੀਆਂ ਨੇ ਬਹੁਤ ਮਾਣ ਖੱਟਿਆ ਉੱਥੇ, ਪਰ ਪਹਿਲਾ ਸੰਘਰਸ਼ ਬਹੁਤ ਆ ਲਾਈਫ ਦਾ, ਬਹੁਤ ਹਾਰਡ ਲਾਈਫ ਦਾ ਕਰਨਾ ਪੈਂਦਾ ਜੀ, ਤਪੱਸਿਆ ਹੈ ਦਾ ਇੱਕ ਤਰ੍ਹਾਂ ਦੀ ਤਪੱਸਿਆ, ਖਿਡਾਰੀ ਨੂੰ ਕਹਿ ਦੇਣੀ ਹੁੰਦੀ ਜਿਵੇਂ ਖਿਡਾਰੀ ਦਾ ਜਿਹੜਾ ਜੀਵਨ ਹੁੰਦਾ ਜੀ, ਵੀ ਉਹ ਰੋਜ਼ ਮਰ ਕੇ ਜਿਉਣਾ ਪੈਂਦਾ, ਮਰ ਕੇ ਬਿਲਕੁਲ ਤਪ ਹੈ ਯਾਰ, ਉਹ ਤਪ ਕਰਨਾ ਪੈਂਦਾ। ਜਿਵੇਂ ਤੁਸੀਂ ਹੁਣ ਕੈਨੇਡਾ ਜਾ ਕੇ ਆਓ, ਜਿਵੇਂ ਆਪਣੇ ਪੰਜਾਬ ਦੇ ਵਿੱਚ ਮਾਤਾ ਪਿਤਾ ਆਪਣੇ ਘਰ ਦੇ ਮਾਪੇ ਜ਼ਿਆਦਾ ਇਹੀ ਸੋਚਦੇ ਨੇ ਵੀ ਜਵਾਕ ਕੈਨੇਡਾ ਵਗ ਜੂ ਤਾਂ ਭਵਿੱਖ ਬਣ ਜੂ, ਉਰੇ ਪੰਜਾਬ 'ਚ ਨਸ਼ਾ ਵੱਧਦਾ ਜੀ ਤਾਂ ਕਰਕੇ ਉੱਧਰ ਭੇਜਦੇ ਨੇ, ਬਾਹਰਲੇ ਮੁਲਕਾਂ 'ਚ ਕਿੰਨਾ ਕੁ ਨਸ਼ਾ ਜੀ ਫਿਰ, ਨਸ਼ਾ ਤਾਂ ਇੱਥੇ ਕਹਿੰਦੇ ਘੱਟ ਪਿਓਰ ਮਿਲਦਾ, ਰਲਿਆ ਮਿਲਿਆ ਮਿਲ ਜਾਂਦਾ, ਉੱਥੇ ਪਿਓਰ ਮਿਲ ਜਾਂਦਾ ਹੈ, ਉੱਥੇ ਮਤਲਬ ਜੋ ਤੁਸੀਂ ਚਾਹੁੰਦੇ ਹੋ ਵੀ ਉਹ ਨਾ ਬਹੁਤਾ ਲੋਕ ਛਿਪ ਕੇ ਨਹੀਂ, ਤੁਹਾਨੂੰ ਆਰਾਮ ਨਾਲ ਮਿਲ ਜਾਂਦਾ ਤੇ ਬੜਾ ਪਿਓਰ ਮਿਲ ਜਾਂਦਾ, ਤੇ ਬੱਚੇ ਮਤਲਬ ਪੱਕੇ ਲੱਗ ਜਾਂਦੇ ਨੇ, ਇੱਥੇ ਤਾਂ ਔਖਾ ਹੁੰਦਾ ਲੈਣਾ ਹਨਾ, ਉਹ ਸਸਤਾ ਵੀ ਮਿਲ ਜਾਂਦਾ ਉੱਥੇ, ਇਸ ਕਰਕੇ ਵੀ ਨਸ਼ੇ ਵਾਲਾ ਤਾਂ ਉੱਥੇ ਕਹਿੰਦੇ ਵੀ ਮਾੜਾ ਹੀ ਪੱਖ ਹੈ, ਉਹ ਨਸ਼ਾ ਜੇ ਕਹੋ ਨਾ ਵੀ ਨਸ਼ੇ ਤੋਂ ਬਚਾਉਣ ਲਈ ਬੱਚੇ ਨੂੰ ਬਾਹਰ ਭੇਜ ਰਹੇ ਹੋ ਤਾਂ ਕਿਤੇ ਨਾ ਭੇਜੋ, ਉੱਥੇ ਬੱਚਾ ਨਸ਼ਾ 'ਚ ਹੋਰ ਵਧੂਆ, ਠੀਕ ਹੈ। ਜੇਕਰ ਹਾਂ ਬੱਚੇ ਨੂੰ ਤੁਸੀਂ ਸਟਰਗਲ ਕਰਨਾ ਸਿਖਾਉਣਾ ਚਾਹੁੰਦੇ ਹੋ, ਬੱਚੇ ਨੂੰ ਆਪਦੇ ਪੈਰਾਂ ਤੇ ਖੜਾ ਹੋਣਾ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਸਾਡਾ ਬੱਚਾ ਆਪ ਮਿਹਨਤ ਕਰੇ, ਆਪ ਆਪਦੇ ਜ਼ੀਰੋ ਤੋਂ ਸਟਾਰਟ ਹੋ ਕੇ ਜਾਵੇ, ਠੀਕ ਹੈ ਭੇਜੋ, ਕੋਈ ਦੇਸ਼ ਮਾੜੇ ਨਹੀਂ ਹੈਗੇ, ਚੰਗੇ ਮੁਲਕ ਨੇ, ਲੋਕਾਂ ਬਾਰੇ ਸੋਚਦੇ ਨੇ, ਆਪਦੇ ਸਿਟੀਜ਼ਨ ਬਾਰੇ ਸੋਚ ਰਹੇ ਨੇ ਉਹ ਲੋਕ, ਤੇ ਬਹੁਤ ਵਧੀਆ ਦੇਸ਼ ਨੇ, ਪਰ ਨਸ਼ਿਆਂ ਤੋਂ ਬਚਾਉਣ ਲਈ ਜਾਂ ਕੋਈ ਇਹੋ ਜਿਹਾ ਸੋਚ ਕੇ ਆਪਾਂ ਭੇਜ ਰਹੇ ਹਾਂ ਬੱਚੇ ਨੂੰ, ਜਾਂ ਤੁਸੀਂ ਸੋਚ ਰਹੇ ਹੋ ਕਿ ਉਹਦਾ ਬੱਚਾ ਹੁਣ ਬਹੁਤ ਡਾਲਰ ਭੇਜ ਦੂਗਾ, ਅਸੀਂ ਇੱਥੇ ਕੋਠੀਆਂ ਪਾਲਾਂਗੇ, ਉਹ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਸਿਸਟਮ ਉਹ ਮੁਲਕਾਂ ਨੇ ਨਾ ਇਹੋ ਜਿਹਾ ਬਣਾ ਰੱਖਿਆ, ਉਹ ਡਾਲਰ ਬਾਹਰ ਨਹੀਂ ਆਉਣ ਦਿੰਦੇ, ਦੇ ਆਉਣ ਜਿੰਨੇ ਮਰਜ਼ੀ ਦਵੋ, ਇੱਧਰਲੇ ਨੋਟ ਇੰਡੀਅਨ ਕਰੰਸੀ ਜਿੰਨੀ ਮਰਜ਼ੀ ਭੇਜ ਦਿਓ ਉੱਥੇ, ਉਹ ਇਕੱਠੀ ਕਰ ਲੈਣਗੇ, ਡਾਲਰ 'ਚ ਕਨਵਰਟ ਕਰ ਲੈਣਗੇ, ਉਹਦਾ ਡਾਲਰ ਇੱਧਰ ਨਹੀਂ ਆਉਣ ਦਿੰਦੇ ਉਹ, ਤੋ ਇੰਨੀ ਗੱਲ ਸੋਚ ਕੇ ਭੇਜਣਾ ਚਾਹੀਦਾ ਬੱਚਿਆਂ ਨੂੰ ਆਪਾਂ। ਜਿਵੇਂ ਮਾਪੇ ਨਸ਼ਿਆਂ ਬਾਰੇ ਭੇਜਦੇ ਨੇ, ਜਿਵੇਂ ਜੀ ਮੈਂ ਉਰੇ ਪਿੰਡ 'ਚ ਮੈਂ ਕੋਈ ਨਸ਼ਾ ਕਰਨਾ ਜੀ,
सामने खड़ के कर नहीं सकता कि गली या मोड़ से खड़ के मैं फिक्र रहूगा जी पिंड का कोई बंद आके मैं देखने वाला जी मैं पिंड तो बारे भी करूंगा मैं ता भी डर रहूगा भी आप गाने पिंड का मैं बंद जान बारे का तो दूर आए खुल मिल जाती है ना खुल मिल जाती है बच्चों कोई रोकने वाला नहीं टोकन वाला नहीं इतने हर गल च मापिया ने टोकना है ना इतने मापिया ने हरेक गल च पुछना बेटा रोटी खाधी है नहीं खाधी है ना कि आ खा ला तू वो खा ला बच्चे ऑप्शन दिने उत्थे तां बच्चों को फिर ऑप्शन भी ना कोई होंगी बेचारा ने काम से जाना होंगे ऑप्शन भी बर्गर पिज्जे की है खाने बहुत खराब होए पेने बच्चों के बच्चे ना उत्थे शायद बीमारी इन्नी क ज्यादा वधी हुई है शुगर बीपी कोलेस्ट्रोल इन्ना क ज्यादा बीमारियां उत्थे वध चुकी ने कारण उहदा बस इक्को इक ही है कि ਆਪਾਂ ਖਾਣਾ ਵਧੀਆ ਨਹੀਂ ਹੈਗਾ ਉੱਥੇ ਤੇ ਬੱਚੇ ਘੱਟ ਟਾਈਮ ਚ ਚਾਹੁੰਦੇ ਨੇ ਸਾਨੂੰ ਰੈਡੀਮੇਡ ਫੂਡ ਮਿਲ ਜੇ ਫਾਸਟ ਫੂਡ ਮਿਲ ਜੇ ਤਾਂ ਉਹ ਫਿਰ ਕਿਤੇ ਨਾ ਕਿਤੇ ਖਰਾਬੀ ਕਰ ਰਹੇ ਨੇ ਸ਼ਾਇਦ ਉਹ ਭੇਜ ਰਹੇ ਨੇ ਬਹੁਤ ਘਰ ਦੇ ਕੋਈ ਪੰਜੀਰੀ ਬਣਾ ਕੇ ਕੋਈ ਬਰਫੀ ਬਣਾ ਕੇ ਕੋਈ ਕੀ ਕਰਕੇ ਭੇਜ ਰਹੇ ਨੇ ਖੇਡਾਂ ਤੋਂ ਵੀ ਕਿਤੇ ਨਾ ਕਿਤੇ ਟੁੱਟ ਰਹੇ ਨੇ ਨਾ ਬੱਚੇ ਫਿਰ ਉਹ ਇੱਥੇ ਆਪਾਂ ਖੇਡਾਂ ਵੱਲ ਜੋੜ ਰਹੇ ਹਾਂ ਬੱਚਿਆਂ ਨੂੰ ਵੀ ਬੱਚੇ ਘੱਟੋ ਘੱਟ ਮੋਬਾਈਲਾਂ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਾਂ ਖੇਡਾਂ ਵੱਲ ਬੱਚਿਆਂ ਨੂੰ ਐਡ ਕਰਾਂ ਹਾਂ ਟੁੱਟੇ ਰਹੇ ਨੇ ਜੀ ਉਹਨਾਂ ਨੂੰ ਇਦਾਂ ਲਾਦਾ ਮੈਂ ਪਲੱਸ 2 ਕਰਨੀ ਮੈਂ ਬਾਹਰੇ ਭਗ ਜਾਣਾ ਮੈਂ ਉਰੇ ਖੇਡਾਂ ਤੋਂ ਕੀ ਕਰਾਂ ਕੀ ਕਰਾਉਣਾ ਬਹੁਤੇ ਮੇਰੇ ਕੋਲ ਬਹੁਤੇ ਬੱਚੇ ਹਟ ਕੇ ਚਲੇ ਗਏ ਉਹ ਉਹਨੇ ਮਾਪੇ ਕਹਿੰਦੇ ਨੇ ਵੀ ਬੇਟਾ ਤੈਨੂੰ ਜਾਣਾ ਤਾਂ ਬਾਹਰ ਹੀ ਹੈ ਵੀ ਕੀ ਲੋੜ ਹੈ ਪਰ ਉਹ ਇਹ ਨਹੀਂ ਸੋਚ ਰਹੇ ਕਿ ਬਾਹਰ ਜਾਣਾ ਠੀਕ ਹੈ ਪਰ ਬੱਚਾ ਫਿਜ਼ੀਕਲੀ ਤਾਂ ਸਟਰੋਂਗ ਚਾਹੀਦਾ ਯਾਰ ਬੱਚੇ ਦੀ ਜੇ ਸਰੀਰਕ ਤੌਰ ਤੇ ਬੱਚਾ ਠੀਕ ਨਹੀਂ ਹੈਗਾ ਮੋਟਾ ਬੱਚਾ ਹੋਇਆ ਪਿਆ ਮੋਟਾਪੇ ਚ ਆਇਆ ਪਿਆ ਉਹ ਬਾਹਰ ਜਾ ਕੇ ਵੀ ਕੰਮ ਕਿੱਦਾਂ ਕਰੂਗਾ ਜੇ ਇੱਥੇ ਬੱਚਾ ਖੇਡਾਂ ਖੇਡ ਰਿਹਾ ਫਿਜ਼ੀਕਲੀ ਸਟਰੋਂਗ ਹੈ ਹਨਾ ਤਾਂ ਉਹਦਾ ਮੈਂਟਲੀ ਵੀ ਮੈਂਟਲ ਲੈਵਲ ਵੀ ਸਟਰੋਂਗ ਹੋਊਗਾ ਤਾਂ ਉਹ ਬਾਹਰ ਜਾ ਕੇ ਵੀ ਸਰਵਾਈਵ ਕਰ ਸਕੂਗਾ ਹਨਾ ਨਹੀਂ ਤਾਂ ਬੱਚਾ ਜੇ ਇੱਥੇ ਹੀ ਕੋਈ ਕੰਮ ਨਹੀਂ ਕਰ ਪਾ ਰਿਹਾ ਨਾ ਸੋਹਲ ਰੱਖੇ ਹੋਏ ਨੇ ਜਵਾਕ ਆਪਾਂ ਤਾਂ ਉਹ ਬੱਚਿਆਂ ਤੋਂ ਬਾਹਰ ਵੀ ਕੰਮ ਨਹੀਂ ਹੁੰਦਾ ਫਿਰ ਬਹੁਤੇ ਬੱਚੇ ਆਪਾਂ ਦੇਖਣ ਦੇ ਉੱਥੋਂ ਬਾਹਰੋਂ ਵਾਪਸ ਵੀ ਆ ਰਹੇ ਨੇ ਬਾਹਰ ਨਹੀਂ ਹਾਂਜੀ ਬਹੁਤ ਵਾਪਸ ਆ ਰਹੇ ਨੇ ਜੇ ਮੈਂ ਬੱਚੇ ਜੀ ਆਪਣੇ ਜਦ ਗਰਾਊਂਡ 'ਚ ਖੇਡਦੇ ਨੇ ਸਕੂਲ ਦੇ ਜਵਾਕ ਖੇਡਦੇ ਨੇ ਜੀ ਨਹੀਂ ਸ਼ਰਨ ਹਾਂਜੀ ਇਹ ਨਾ ਕਿਉਂਕਿ ਦੇਖ ਮੈਂ ਨਾ ਆਪਣੇ ਆਪ ਨੂੰ ਲੈ ਕੇ ਨਹੀਂ ਚੱਲਿਆ ਹੋਇਆ ਵੀ ਮੈਨੂੰ ਆਪਣੇ ਨਾਮ ਦੀ ਨਹੀਂ ਹੈਗੀ ਕਿ ਮੈਂ ਸਕੂਲ ਦੇ ਬੱਚੇ ਖੜਾ ਹੋਤਾ ਮੇਰਾ ਨਾਮ ਹੋਵੇ ਮੈਂ ਚਾਹੁੰਦਾ ਕਿ ਜਿਸ ਏਰੀਏ 'ਚ ਆਪਾਂ ਨੌਕਰੀ ਕਰ ਰਹੇ ਹਾਂ ਨਾ ਉਸ ਏਰੀਏ 'ਤੇ ਕੋਈ ਵੀ ਬੱਚਾ ਸਭ ਲਈ ਓਪਨ ਹੈ ਭਾਵੇਂ ਉਹ ਕਿਸੇ ਪ੍ਰਾਈਵੇਟ ਸਕੂਲ ਦਾ ਹੈ ਭਾਵੇਂ ਕਿਸੇ ਸਰਕਾਰੀ ਸਕੂਲ ਦਾ ਹੈ ਭਾਵੇਂ ਉਹ ਇਸ ਪਿੰਡ ਦਾ ਹੈਗਾ ਨਹੀਂ ਹੈਗਾ ਇਹ ਤਾਂ ਕੋਈ ਮਤਲਬ ਨਹੀਂ ਨਾ ਆਪਾਂ ਤਾਂ ਬੱਚੇ ਨੂੰ ਖੇਡ ਭਾਵਨਾ ਨਾਲ ਖੜਾ ਰਹੇ ਹਾਂ ਕਿ ਕੋਈ ਖੇਡਣ ਵਾਲਾ ਬੱਚਾ ਇੱਥੇ ਆਵੇ ਕਿਸੇ ਕਿਸੇ ਦੇ ਘਰ ਦਾ ਬੱਚਾ ਜੇਕਰ ਆਪਣੇ ਕਰਕੇ ਨਸ਼ਿਆਂ ਤੋਂ ਬਚ ਗਿਆ ਆਪਣੇ ਕਰਕੇ 2 ਘੰਟੇ ਲਈ ਮੋਬਾਈਲ ਉਹਦੇ ਹੱਥ ਚੋਂ ਛੁੱਟ ਗਿਆ ਹਾਂਜੀ ਤੇ ਸ਼ਰਮ ਤੁਸੀਂ ਨਾ ਸ਼ਾਮ ਨੂੰ ਮਾਹੌਲ ਦੇਖਿਆ ਹੋਣਾ ਇੱਥੇ ਮੈਂ ਦੇਖਿਆ ਹੀ ਅੱਜ ਬਜ਼ੁਰਗ ਵੀ ਆਉਣ ਲੱਗੇ ਛੋਟੇ ਆਪਣੇ ਪੋਤੇ ਪੋਤਿਆਂ ਨੂੰ ਲੈ ਕੇ ਆਉਣ ਲੱਗੇ ਹਾਂਜੀ ਇਹ ਮਾਹੌਲ ਨਾ ਸ਼ਰਮ ਮੈਂ ਬਾਹਰ ਦੇਖਿਆ ਸੀ ਕੈਨੇਡਾ ਦੇ ਵਿੱਚ ਜਦੋਂ ਗਰਾਊਂਡ ਦੇ ਵਿੱਚ ਖੇਡਦੇ ਹੁੰਦੇ ਸੀ ਨਾ ਬੱਚੇ ਤਾਂ ਸਾਰੇ ਬਜ਼ੁਰਗ ਆਪਣੇ ਪੋਤੇ ਪੋਤਿਆਂ ਨੂੰ ਲੈ ਕੇ ਨਾ ਗਰਾਊਂਡ ਦੇ ਵਿੱਚ ਆਉਂਦੇ ਸੀ ਤੇ ਇੱਥੇ ਜਦੋਂ ਆਏ ਗਰਾਊਂਡ ਦੇ ਵਿੱਚ ਦੇਖਿਆ ਯਾਰ ਗਰਾਊਂਡ 'ਚ ਪਹਿਲਾਂ ਤਾਂ ਸੁੰਨਸਾਨ ਪਈ ਹੈ ਗਰਾਊਂਡ 'ਚ ਕੋਈ ਹੈ ਹੀ ਨਹੀਂ ਨਸ਼ੇ ਵਾਲੀ ਫਿਰਦੇ ਹੁੰਦੇ ਗਰਾਊਂਡ ਖਾਲੀ ਨੇ ਆਪਣੇ ਤੇ ਉਹ ਖਾਲੀ ਗਰਾਊਂਡਾਂ ਦੇ ਵਿੱਚ ਫਿਰ ਉਹ ਨਸ਼ਿਆਂ ਵਾਲੇ ਜਿਹੜੇ ਕਿ ਉਹ ਖੁੰਜੇ ਲੱਭ ਕੇ ਆਪਣੇ ਉੱਤੇ ਨਸ਼ੇ ਕਰ ਰਹੇ ਸੀ ਨਾ ਤੇ ਬਹੁਤ ਬੁਰਾ ਹਾਲ ਸੀ ਤੇ ਬੜਾ ਪਿੰਡ ਦਾ ਬਹੁਤ ਸਹਿਯੋਗ ਰਿਹਾ ਹੈ ਨਾ ਸਾਰੇ ਪਿੰਡ ਦਾ ਸਹਿਯੋਗ ਨਾਲ ਜਿਹੜਾ ਇਹ ਇੰਨਾ ਕੁ ਵਧੀਆ ਗਰਾਊਂਡ ਬਣ ਗਿਆ ਤੇ ਹੁਣ ਇੱਥੇ ਬੱਚੇ ਤਾਂ ਆਉਂਦੇ ਆਉਂਦੇ ਨੇ ਤੇ ਸਿਆਣੇ ਵੀ ਆਉਣ ਲੱਗੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਨਾ ਚੱਲ ਰਿਹਾ ਹੈ ਤੇ ਆਪਣੀ ਮਿਹਨਤ ਕਰ ਰਹੇ ਹਾਂ ਆਪਣੀ ਮਿਹਨਤ ਜਾਰੀ ਹੈ ਬਾਕੀ ਉਹਦੀ ਪਰਮਾਤਮਾ ਦੀ ਰਹਿਮਤ ਹੈ ਨਾ ਹਾਂਜੀ ਚੱਲਦਾ ਰਹਿਣਾ ਉਹ ਲਾਸਟ ਵਿੱਚ ਫਿਰ ਕੀ ਸੰਦੇਸ਼ ਦੇਣਾ ਚਾਹੋਗੇ ਕੁਝ ਵੀ ਜੋ ਮਨ ਦੇ ਵਿੱਚ ਹੈ ਕੋਈ ਸੁਣਨ ਲੱਗਦਾ ਜੀ ਜਿਹੜੇ ਜਵਾਕ ਜੇ ਹੁਣ ਪਲੱਸ 2 ਤੋਂ ਬਾਅਦ ਜਵਾਕ ਪੜਦਾ ਜਿਹੜਾ ਜੀ ਉਹ ਇਹ ਹੋ ਜਾਂਦਾ ਵੀ ਆਈਲੈਟਸ ਕਰਾਓ ਬਾਰੇ ਵਗ ਜੇ ਬਿਲਕੁਲ ਬਾਕੀ ਇਹ ਜਿਹੜੇ ਕਾਲਜ ਕੁੜੀ ਤੇ ਜੇ ਵੀ ਬੰਦ ਹੋ ਗਏ ਜੀ ਬੰਦ ਹੋਣ ਦੇ ਕਿਦਾਂ ਡਿਗਰੀ ਉਹ ਬਣਾਤੀ ਜੀ ਜਵਾਕਾਂ ਦੀ ਜਵਾਕ ਆਪਾਂ ਦਿਹਾੜੀ ਕਰ ਲਾ ਦਿੰਨੇ ਆ ਮੜਾ ਜੇ ਅੰਤ ਜੇ ਸੰਦੇਸ਼ ਦੀ ਗੱਲ ਕਰਦੇ ਆ ਨਾ ਆਪਾਂ ਤੇ ਜੇਕਰ ਦੇਖੋ ਆਪਣੇ ਨਾ ਪਹਿਲਾਂ ਸਭ ਦੇ ਇੱਕ ਇੱਕ ਬੱਚਾ ਹੈ ਨਾ ਤੇ ਇੱਕ ਇੱਕ ਕਾਫੀ ਔਰ ਤੇ ਮਾਫੀ ਗੱਲ ਹੋ ਗਈ ਹੁਣ ਤਾਂ ਬਾ ਦੋ ਹੀ ਕਾਫੀ ਕਹਿੰ ਸੀ ਨਾ ਹੁਣ ਇੱਕ ਹੀ ਕਾਫੀ ਤੇ ਗੱਲ ਆ ਗਈ ਹਾਂਜੀ ਤੇ ਉਹ ਵੀ ਆਪਾਂ ਇੰਨੇ ਲਾਡਲੇ ਰੱਖੇ ਹੋਏ ਨੇ ਨਾ ਹੱਥਾਂ ਤੇ ਚੱਕੀ ਫਿਰਦੇ ਆ ਬੱਚਿਆਂ ਨੂੰ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਨਾ ਕਿ ਯਾਰ ਵੀ ਕੁਛ ਹੋ ਜਾਵੇ ਅਸੀਂ ਇਹਦੀ ਹਰੇਕ ਮੰਗ ਪੂਰੀ ਕਰਨੀ ਹੈ ਛੋਟੇ ਛੋਟੇ ਹੱਥਾਂ ਦੇ ਵਿੱਚ ਮੋਬਾਈਲ ਨੇ ਬੱਚਿਆਂ ਦੇ ਸੱਤਵੀਂ 'ਚ ਬੱਚਾ ਪੜ੍ਹਦਾ ਹੈ ਤੇ ਮੋਬਾਈਲ ਉਹਨੂੰ ਆਈਫੋਨ ਲੈ ਕੇ ਦਿੱਤਾ ਹੋਇਆ ਹੈ ਸਾਡਾ ਬੱਚਾ ਯਾਰ ਖੁਸ਼ ਰਹੇ ਹੈ ਨਾ ਤੇ ਉਹਨੂੰ ਹਰ ਸਹੂਲਤ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਤੇ ਫਿਰ ਆਪਾਂ ਇੱਕਦਮ ਤੋੜ ਕੇ ਸਿੱਟਤਾ ਬੱਚੇ ਨੂੰ ਯਾਰ ਕਹਿੰਦੇ ਆ ਬਾਹਰ ਜਾ ਬਾਹਰ ਜਾ ਜੀ ਤੇ ਉੱਥੇ ਬੱਚੇ ਨਾ ਫਿਰ ਤੁਹਾਡੇ ਨਾਲ ਮੂੰਹ ਨਹੀਂ ਰਹੂਗਾ ਜਿਹੜੇ ਆਪਾਂ ਆਪਦੇ ਜੰਮੇ ਹੋਏ ਬੱਚੇ ਨੇ ਨਾ ਇਹ ਕਹਿ ਸਕਦੇ ਹੋ ਤੇ ਉਹ ਤੁਹਾਡੇ ਨਹੀਂ ਰਹਿੰਦੇ ਹੈਗੇ ਕਹਿਣ ਨੂੰ ਕਹਿ ਸਕਦੇ ਆ ਕਿ ਹਾਂ ਸਾਡਾ ਬੱਚਾ ਬਾਹਰ ਗਿਆ ਹੋਇਆ ਉਹਦੀਆਂ ਗੱਲਾਂ ਸੁਣਾਇਆ ਕਰੋਗੇ ਸਾਡਾ ਬੱਚਾ ਨਾ ਬਹੁਤ ਸੈਟਲ ਹੈ ਸਾਡੇ ਬੱਚੇ ਦਾ ਕੰਮਕਾਰ ਬਹੁਤ ਵਧੀਆ ਹੈ ਪਰ ਅਸਲ 'ਚ ਨਾ ਉਹ ਤੁਹਾਡਾ ਬੱਚਾ ਨਹੀਂ ਰਹਿੰਦਾ ਹੈਗਾ ਫਿਰ ਉਹ ਫਿਰ ਉਹ ਮੁਲਕਾਂ ਦਾ ਬੱਚਾ ਹੋ ਗਿਆ ਉਹ ਮੁਲਕਾਂ ਲਈ ਕੰਮ ਕਰੂਗਾ ਉਹ ਮੁਲਕਾਂ ਦੀ ਤਰੱਕੀ ਬਾਰੇ ਸੋਚੂਗਾ ਉਹ ਪੰਜਾਬ ਦੀ ਤਰੱਕੀ ਬਾਰੇ ਨਹੀਂ ਸੋਚੂਗਾ ਫਿਰ ਉਹ ਸੋਚਦਾ ਮੈਨੂੰ ਇੱਥੇ ਮਿਲਿਆ ਕੀ ਸੀ ਯਾਰ ਮੈਨੂੰ ਤਾਂ ਧੱਕੇ ਸੀ ਉਹਨੇ ਨੌਕਰੀ ਮੈਨੂੰ ਨਹੀਂ ਮਿਲ ਰਹੀ ਸੀ ਕੰਮ ਮੈਨੂੰ ਨਹੀਂ ਮਿਲ ਰਿਹਾ ਸੀ ਮੈਂ ਬਾਹਰ ਚਲਿਆ ਗਿਆ ਸੋ ਮਾਪਿਆਂ ਨੂੰ ਨਾ ਐਂਡ 'ਚ ਬਸ ਇਹੀ ਸੰਦੇਸ਼ ਹੈ ਯਾਰ ਵੀ ਆਪਣੇ ਬੱਚਿਆਂ ਨੂੰ ਨਾ ਗਰਾਊਂਡਾਂ ਦੇ ਨਾਲ ਜੋੜ ਦਿਓ ਖੇਡਾਂ ਦੇ ਨਾਲ ਜੋੜ ਦਿਓ ਤੇ ਤੁਹਾਡਾ ਬੱਚਾ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਊਗਾ ਤੇ ਤੁਸੀਂ ਖੇਡਾਂ ਦੇ ਖੇਤਰ ਦੇ ਵਿੱਚ ਨਾ
ਬਹੁਤ ਉੱਚੇ ਤੱਕ ਆਪਾਂ ਪੰਜਾਬ ਦਾ ਨਾਮ ਕਰ ਸਕਦੇ ਹਾਂ ਤੇ ਖੇਡਾਂ ਦੇ ਨਾਲ ਨਾਲ ਨੌਕਰੀਆਂ ਦੇ ਵਿੱਚ ਵੀ ਤੁਹਾਡੇ ਬੱਚੇ ਤੁਸੀਂ ਚੰਗਾ ਮਾਣ ਪ੍ਰਾਪਤ ਕਰੋਗੇ ਤੇ ਇਹੀ ਮੇਰਾ ਇੰਚ ਸੰਦੇਸ਼ ਹੈ ਕਿ ਸਾਰੇ ਆਪਾਂ ਰਲ ਕੇ ਬੱਚਿਆਂ ਨੂੰ ਗਰਾਊਂਡਾਂ ਵੱਲ ਲੈ ਕੇ ਆਈਏ। ਠੀਕ ਹੈ, ਸਹੀ ਹੈ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ। ਧੰਨਵਾਦ ਜੀ, ਬਹੁਤ ਮਿਹਨਤ ਕਰ ਰਹੇ ਨੇ ਸ਼ਰਨ ਹੋਣੀ ਤੇ ਸਾਰਿਆਂ ਨੇ ਸਬਸਕ੍ਰਾਈਬ ਲਾਈਕ ਸ਼ੇਅਰ ਸਭ ਨੇ ਕਰਨਾ ਜੀ, ਤਾਂ ਕਿ ਇਹਨਾਂ ਨੂੰ ਹੋਰ ਹੌਸਲਾ ਮਿਲੇ ਤੇ ਇਸੇ ਤਰ੍ਹਾਂ ਇਹ ਵੱਧ ਤੋਂ ਵੱਧ ਚੰਗੇ ਸੰਦੇਸ਼ ਤੁਹਾਡੇ ਕੋਲ ਲੈ ਕੇ ਆਉਣ, ਚੰਗੀਆਂ ਗੱਲਾਂ ਤੁਹਾਡੇ ਕੋਲ ਲੈ ਕੇ ਆਉਣ ਤੇ ਤੁਸੀਂ ਵੀ ਬਾਹਰ ਬੈਠੇ ਇੱਥੇ ਬੈਠੇ ਇਹ ਗੱਲਾਂ ਸੁਣੋ ਹਨਾ, ਤੇ ਕਿੰਨਾ ਆਨੰਦ ਆਉਂਦਾ, ਕਿੰਨਾ ਵਧੀਆ ਲੱਗਦਾ ਜਦੋਂ ਆਪਾਂ ਆਪਦੇ ਮਿੱਟੀ ਦੀਆਂ ਗੱਲਾਂ ਸੁਣਦੇ ਹਾਂ, ਆਪਣੇ ਦੇਸ਼ ਦੀ ਗੱਲਾਂ ਸੁਣਦੇ ਹਾਂ ਹਨਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਜੀ, ਥੈਂਕ ਯੂ ਜੀ।